ਬਹੁਤ ਜ਼ਿਆਦਾ ਲੋਕ ਇਹ ਗੱਲ ਕਰਦੇ ਨੇ ਕਿ ਐਲੋਪੈਥੀ ਦੇ ਤਾਂ ਨੁਕਸਾਨ ਹੀ ਬਹੁਤ ਨੇ। ਦੇਖੋ, ਐਲੋਪੈਥੀ ਦੇ ਐਮਰਜੈਂਸੀ ਸਿਚੁਏਸ਼ਨ 'ਚ ਫਾਇਦੇ ਹੈਗੇ, ਕਲੀਨਿਕਸ ਦੇ ਵਿੱਚ, ਹੋਸਪਿਟਲਸ ਦੇ ਵਿੱਚ, ਖਾਸ ਕਰਕੇ ਬਹੁਤ ਜਿਹੜੇ ਵੱਡੇ ਹੋਸਪਿਟਲ ਨੇ ਇਸ ਵੇਲੇ, ਜਿਹੜੇ ਬਿਜ਼ਨਸ ਹਾਊਸਿਸ ਵੀ ਬਣ ਚੁੱਕੇ ਨੇ। ਆਮ ਲੋਕ ਬਹੁਤ ਪਰੇਸ਼ਾਨ ਨੇ ਕਿ ਹਜੇ ਹਾਰਟ ਅਟੈਕ ਵੀ ਨਹੀਂ ਆਇਆ ਹੁੰਦਾ, ਅਤੇ ਦੱਸ ਦਿੱਤਾ ਜਾਂਦਾ ਕਿ ਬਈ ਤੁਹਾਡਾ ਫਲਾਣਾ ਵਾਲ ਬੰਦ ਹੋਣ ਵਾਲਾ, ਤੁਸੀਂ ਪਹਿਲਾਂ ਹੀ ਸਟਾਰਟ ਪਵਾ ਲਓ ਜਾਂ ਆਪਰੇਸ਼ਨ ਕਰਵਾ ਲਓ। ਕੋਮਨ ਵਿਜ਼ਡਮ ਇਹ ਹੈਗੀ ਕਿ ਕਿਸੇ ਵੀ ਮਰੀਜ਼ 'ਚ ਦਵਾਈ ਨਾਲ ਇਲਾਜ ਕਰਨ ਤੋਂ ਪਹਿਲਾਂ ਦੇਖਣਾ ਚਾਹੀਦਾ ਕਿ ਸਾਡੇ ਵਿੱਚ ਛੇੜਖਾਨੀ ਕਰਨ ਦੀ ਲੋੜ ਹੈਗੀ ਕਿ ਨਹੀਂ। ਪ੍ਰੋਗਰਾਮ ਟੇਕ ਕੇਅਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਸਵਾਗਤ ਹੈ, ਔਰ ਸਟੂਡੀਓ ਦੇ ਵਿੱਚ ਅੱਜ ਅਸੀਂ ਜਿਸ ਮਹਾਨ ਸ਼ਖਸੀਅਤ ਨੂੰ ਆਮੰਤ੍ਰਿਤ ਕੀਤਾ ਆ, ਇਨਵਾਈਟ ਕੀਤਾ ਆ, ਉਹ ਨੇ ਡਾਕਟਰ ਪ੍ਰੇਮ ਖੋਸਲਾ। ਡਾਕਟਰ ਪ੍ਰੇਮ ਖੋਸਲਾ ਬਾਰੇ ਮੈਂ ਪਹਿਲਾਂ ਦੱਸ ਦੇਣਾ ਚਾਹਾਂਗਾ ਕਿ ਉਹ MD ਨੇ, ਉਹਨਾਂ ਨੇ ਡਾਕਟਰੇਟ ਆਫ ਮੈਡੀਸਨ ਕੀਤੀ ਆ PGI ਤੋਂ, ਔਰ ਉਸ ਤੋਂ ਬਾਅਦ ਉਹ ਡਿਪਲੋਮੈਟ ਨੈਸ਼ਨਲ ਬੋਰਡ ਵੱਲੋਂ ਸਰਟੀਫਾਈਡ ਨੇ। ਯਾਨੀ ਕਿ ਡਾਕਟਰ ਪ੍ਰੇਮ ਖੋਸਲਾ ਵਰਗੇ ਡਾਕਟਰ ਭਾਰਤ ਦੇ ਵਿੱਚ 3 ਜਾਂ 4 ਨੇ। ਇਹਨਾਂ ਦੇ ਇੱਕ ਸਾਥੀ ਇੱਕ ਯੂਨੀਵਰਸਿਟੀ ਦੇ ਵਿੱਚ ਵਾਈਸ ਚਾਂਸਲਰ ਨੇ, ਔਰ ਦੂਸਰੇ ਸਾਥੀ PGI ਦੇ ਵਿੱਚ ਡਾਇਰੈਕਟਰ ਨੇ, ਤੀਸਰੇ ਇਹ ਨੇ, ਇੱਕ ਜਾਂ ਦੋ ਸਾਥੀ ਹੋਰ ਨੇ ਇਹਨਾਂ ਦੇ ਜੋ ਭਾਰਤ ਦੇ ਵਿੱਚ ਐਲੋਪੈਥੀ ਦੇ ਵਿੱਚ ਬਹੁਤ ਉੱਘੀਆਂ ਸੇਵਾਵਾਂ ਨਿਭਾ ਰਹੇ ਨੇ। ਅੱਜ ਅਸੀਂ ਇਹਨਾਂ ਦੇ ਨਾਲ ਬਹੁਤ ਅਸੀਮ ਗੱਲਾਂ ਕਰਨ ਜਾ ਰਹੇ ਹਾਂ, ਔਰ ਉਹ ਗੱਲਾਂ ਤੁਹਾਡੇ ਸਾਰਿਆਂ ਨਾਲ ਜੁੜੀਆਂ ਹੋਈਆਂ ਨੇ। ਯਾਨੀ ਕਿ ਐਲੋਪੈਥੀ ਮੈਡੀਸਨ ਕਿਸ ਵੇਲੇ ਲੈਣੀ ਚਾਹੀਦੀ ਹੈ, ਕਿਸ ਵੇਲੇ ਨਹੀਂ ਲੈਣੀ ਚਾਹੀਦੀ, ਜਾਂ ਡਰੱਗਸ ਦੇ ਛੱਡਣ ਦੀ ਜੋ ਦਵਾਈ ਹੈ ਉਹ ਕਿੰਨੀ ਕੁ ਕਾਰਗਰ ਹੈ। ਡਾਕਟਰ ਖੋਸਲਾ, ਆਪ ਦਾ ਸਵਾਗਤ ਹੈ ਸਾਡੇ ਸਟੂਡੀਓ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਅਸੀਂ ਗੱਲ ਕਰਾਂਗੇ, ਤੁਸੀਂ ਐਲੋਪੈਥੀ ਦੇ ਮਾਹਰ ਹੋ। ਬਹੁਤ ਜ਼ਿਆਦਾ ਲੋਕ ਇਹ ਗੱਲ ਕਰਦੇ ਨੇ ਕਿ ਐਲੋਪੈਥੀ ਦੇ ਤਾਂ ਨੁਕਸਾਨ ਹੀ ਬਹੁਤ ਨੇ, ਜਦਕਿ ਬਹੁਤ ਯੰਗ ਪੈਥੀ ਹੈ ਇਹ, ਯੰਗ ਪੈਥੀ ਹੈ ਮੀਨਸ ਬਹੁਤ ਛੇਤੀ ਤਰੱਕੀ ਵੀ ਕੀਤੀ ਹੈ ਇਹਨੇ, ਜਿੱਦਾਂ ਇੱਕ ਯੰਗ ਇਨਸਾਨ ਤਰੱਕੀ ਕਰਦਾ ਆ। ਅਤੇ ਮੈਂ ਚਾਹੂੰਗਾ ਤੁਸੀਂ ਸਾਨੂੰ ਇਹ ਦੱਸੋ ਕਿ ਐਲੋਪੈਥੀ ਦੇ ਨੁਕਸਾਨ ਕੀ ਨੇ, ਫਾਇਦੇ ਕੀ ਨੇ। ਦੇਖੋ, ਐਲੋਪੈਥੀ ਦੇ ਐਮਰਜੈਂਸੀ ਸਿਚੁਏਸ਼ਨ 'ਚ ਫਾਇਦੇ ਹੈਗੇ ਕਿ ਜਿੱਥੇ ਲਾਈਫ ਸਟਾਈਲ ਦੇ ਨਾਲ ਰਿਲੇਟਡ ਦਵਾਈਆਂ ਹੈਗੀਆਂ, ਬਿਮਾਰੀਆਂ ਹੈਗੀਆਂ, ਉਹਦੇ 'ਚ ਐਲੋਪੈਥੀ ਦਾ ਰੋਲ ਸੀਮਿਤ ਹੈ। ਅਤੇ ਲਾਈਫ ਸਟਾਈਲ ਨਾਲ ਰਿਲੇਟਡ ਬਿਮਾਰੀਆਂ ਜਿਸ ਤਰ੍ਹਾਂ ਹੋ ਗਈ ਸ਼ੂਗਰ ਹੈ, ਡਾਇਬਟੀਜ਼, ਮਲਾਈਟਸ ਜਿਹਨੂੰ ਇੰਗਲਿਸ਼ 'ਚ ਕਹਿੰਦੇ ਹਾਂ, ਜਾਂ ਬਲੱਡ ਪ੍ਰੈਸ਼ਰ ਦੀ ਬਿਮਾਰੀ, ਜਾਂ ਹਾਈਪਰ ਟੈਂਸ਼ਨ ਜਿਹਨੂੰ ਕਹਿੰਦੇ ਹੈਗੇ, ਜਾਂ ਪੈਪਟਿਕ ਕੈਂਸਰ ਦੀ ਬਿਮਾਰੀ ਹੈਗੀ, ਜਾਂ ਐਨਜਾਈਨਾ ਦੀ ਬਿਮਾਰੀ ਹੈਗੀ ਦਿਲ ਦੀ, ਇਹ ਜਿਹੜੀ ਹੈਗੀ ਲਾਈਫ ਸਟਾਈਲ ਨਾਲ ਰਿਲੇਟਡ ਬਿਮਾਰੀਆਂ ਹੈਗੀਆਂ। ਅਤੇ ਜਿਹੜੀ ਇਹਨਾਂ ਬਿਮਾਰੀਆਂ ਦੇ ਵਿੱਚ ਲਾਈਫ ਸਟਾਈਲ ਮੋਡੀਫਾਈ ਕਰਨਾ ਉਹ ਪ੍ਰਮੁੱਖ ਗੱਲ ਹੈ। ਉਹਦੇ ਨਾਲ ਜਿਹੜਾ ਹੈਗਾ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ, ਉਹਨਾਂ ਸਿਚੁਏਸ਼ਨਸ 'ਚ ਐਲੋਪੈਥੀ, ਜਦੋਂ ਹਾਰਟ ਅਟੈਕ ਹੋ ਗਿਆ ਇਮੀਜੀਏਟਲੀ, ਉਸ ਸਮੇਂ 'ਚ ਐਲੋਪੈਥੀ ਇੱਕ ਬੈਟਰ ਆਪਸ਼ਨ ਹੈਗੀ। ਅਤੇ ਬਹੁਤ ਵੱਡੀ ਗੱਲ ਹੈ ਡਾਕਟਰ ਸਾਹਿਬ ਇਹ, ਕਿ ਜਦੋਂ ਹਾਰਟ ਅਟੈਕ ਹੋ ਹੀ ਗਿਆ ਉਦੋਂ ਐਲੋਪੈਥੀ ਦੀ ਜ਼ਰੂਰਤ ਹੈ, ਪਰ ਅਕਸਰ ਹੀ ਦੇਖਿਆ ਜਾਂਦਾ ਕਿ ਕਲੀਨਿਕਸ ਦੇ ਵਿੱਚ, ਹੋਸਪਿਟਲਸ ਦੇ ਵਿੱਚ, ਖਾਸ ਕਰਕੇ ਬਹੁਤ ਜਿਹੜੇ ਵੱਡੇ ਹੋਸਪਿਟਲ ਨੇ ਇਸ ਵੇਲੇ, ਜਿਹੜੇ ਬਿਜ਼ਨਸ ਹਾਊਸਿਸ ਵੀ ਬਣ ਚੁੱਕੇ ਨੇ, ਆਮ ਲੋਕ ਬਹੁਤ ਪਰੇਸ਼ਾਨ ਨੇ ਕਿ ਹਜੇ ਹਾਰਟ ਅਟੈਕ ਵੀ ਨਹੀਂ ਆਇਆ ਹੁੰਦਾ, ਅਤੇ ਦੱਸ ਦਿੱਤਾ ਜਾਂਦਾ ਕਿ ਬਈ ਤੁਹਾਡਾ ਫਲਾਣਾ ਵਾਲ ਬੰਦ ਹੋਣ ਵਾਲਾ, ਤੁਸੀਂ ਪਹਿਲਾਂ ਹੀ ਸਟਾਰਟ ਪਵਾ ਲਓ ਜਾਂ ਆਪਰੇਸ਼ਨ ਕਰਵਾ ਲਓ। ਕਿ ਉਸ ਸਮੇਂ ਦੇ ਉੱਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ, ਜਾਂ ਕੋਈ ਲਾਈਫ ਸਟਾਈਲ ਦੇ ਨਾਲ, ਲਾਈਫ ਸਟਾਈਲ ਦੇ ਵਿੱਚ ਚੇਂਜਿਸ ਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਸਕਦੇ ਹਾਂ? ਲਾਈਫ ਸਟਾਈਲ 'ਚ ਚੇਂਜਿਸ ਕਰਕੇ ਬਹੁਤ ਸਾਰੀ ਬਿਮਾਰੀਆਂ ਦੀ ਦਵਾਈ ਦੀ ਖੁਰਾਕ ਘਟਵਾਈ ਜਾ ਸਕਦੀ ਹੈ, ਅਤੇ ਕਈ ਬਿਮਾਰੀਆਂ ਦੀ ਖੁਰਾਕ ਬਿਲਕੁਲ ਨਾਮਾਤਰ ਹੋ ਕੇ ਬੰਦ ਵੀ ਹੋ ਸਕਦੀ ਹੈ। ਹੁਣ ਜਿਸ ਤਰ੍ਹਾਂ ਕਿ
ਜੇ ਕੋਈ ਬੰਦਾ ਸਮੋਕ ਕਰਦਾ, ਜੇ ਕੋਈ ਬੰਦਾ ਮੋਟਾ ਹੈ, ਜੇ ਕੋਈ ਬੰਦਾ ਫਿਜ਼ੀਕਲ ਐਕਟੀਵਿਟੀ ਨਹੀਂ ਕਰਦਾ, ਜੇ ਕੋਈ ਬੰਦਾ ਇਹੋ ਜਿਹਾ ਖਾਣਾ ਖਾਂਦਾ ਜਿਹਦੇ 'ਚ ਕੋਲੈਸਟਰੋਲ, ਚਰਬੀ, ਮੋਟਾਪਾ ਵਧਾਉਣ ਵਾਲੀ ਚੀਜ਼ਾਂ ਜ਼ਿਆਦਾ ਹੋਣ, ਤਾਂ ਉਹਦੇ ਨਾਲ ਕਿੰਨੀ ਮਰਜ਼ੀ ਅਸੀਂ ਦਵਾਈਆਂ ਵਧਾਈ ਜੇ, ਹੌਲੀ ਹੌਲੀ ਸਾਨੂੰ ਡੋਜ਼ ਵਧਾਈ ਜਾਣੀ ਹੈ ਤਾਂ ਬਿਮਾਰੀ ਨੇ ਠੀਕ ਨਹੀਂ ਹੋਣਾ। ਉਹਦੇ 'ਚ ਲਾਈਫ ਸਟਾਈਲ ਨੂੰ ਪਹਿਲਾਂ ਮੋਡੀਫਾਈ ਕਰ ਜੇ ਅਸੀਂ ਕਰਾਂਗੇ, ਅਤੇ ਜੇ ਉਹ ਸਮੋਕਿੰਗ ਛੱਡ ਦੇ ਤਾਂ ਉਹਦੇ ਨਾਲ ਉਹਦੇ ਜਿਹੜਾ ਹੈਗਾ ਬਚਣ ਦੇ ਚਾਂਸਿਸ ਵੱਧ ਜਾਂਦੇ ਹੈਗੇ। ਅਤੇ ਜੇ ਆਪਣੇ ਖਾਣੇ 'ਚ ਬੇਲੋੜਾ ਲੂਣ ਘਟਾ ਦੇ, ਅਚਾਰ 'ਚ ਜਿਹੜਾ ਫਾਲਤੂ ਖਾਣਾ ਹੈਗਾ ਉਹ ਘਟਾ ਦੇ, ਜਾਂ ਜਿਹੜੇ ਇਹ ਜੇ ਜੰਕ ਫੂਡ ਹੈ ਜਿਹਨਾਂ 'ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੇ ਉਹ ਘਟਾ ਦੇ ਤਾਂ ਉਹਦੇ ਨਾਲ ਬਲੱਡ ਪ੍ਰੈਸ਼ਰ 'ਤੇ ਆਪਣੇ ਆਪ ਉਹਦੀ ਡੋਜ਼ ਦਵਾਈ ਦੀ ਘੱਟ ਜਾਏਗੀ ਅਤੇ ਬਿਮਾਰੀ 'ਤੇ ਵੀ ਫਰਕ ਪਏਗਾ। ਸੋ ਇਹ ਲਾਈਫ ਸਟਾਈਲ ਮੋਡੀਫਾਈ ਕਰਨ ਦੇ ਨਾਲ ਅੰਗਰੇਜ਼ੀ ਦਵਾਈਆਂ ਦੀ ਲੋੜ ਘੱਟ ਜਾਏਗੀ, ਉਹਨਾਂ ਦੀ ਡੋਜ਼ ਘੱਟ ਜਾਏਗੀ। ਕੀ ਇਸੇ ਨੂੰ ਤੁਸੀਂ ਤਰਕ ਸੰਗਤ ਇਲਾਜ ਦਾ ਨਾਮ ਦਿੰਦੇ ਹੋ ਜਾਂ ਉਹ ਕੀ ਚੀਜ਼ ਹੈ, ਉਹਦੇ ਬਾਰੇ ਬਰੀਫ ਕਰਿਓ। ਤਰਕ ਸੰਗਤ ਇਲਾਜ ਦਾ ਹੈ ਕਿ ਕੋਮਨ ਸੈਂਸ, ਜਿਹਨੂੰ ਆਪਾਂ ਅਕਲ ਦੀ ਗੱਲ ਕਹਿੰਦੇ ਹੈਗੇ, ਕੋਮਨ ਵਿਜ਼ਡਮ ਇਹ ਹੈਗੀ ਕਿ ਕਿਸੇ ਵੀ ਮਰੀਜ਼ 'ਚ ਦਵਾਈ ਨਾਲ ਇਲਾਜ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਕਿ ਸਾਨੂੰ ਇਹਦੇ ਵਿੱਚ ਛੇੜਖਾਨੀ ਕਰਨ ਦੀ ਲੋੜ ਹੈਗੀ ਕਿ ਨਹੀਂ। ਹੁਣ ਜਿੱਦਾਂ ਸਧਾਰਨ ਸਰਦੀ ਲੱਗੀ ਹੈ, ਕੋਮਨ ਕੋਲਡ ਹੈਗੀ, ਅਤੇ ਜੇ ਨਹੀਂ ਅਸੀਂ ਐਲੋਪੈਥੀ ਦਵਾਈ ਕਰਾਂਗੇ ਤਾਂ ਹੋ ਸਕਦਾ ਉਹ 7 ਦਿਨਾਂ 'ਚ ਠੀਕ ਹੋਏ, ਅਤੇ ਐਲੋਪੈਥੀ ਦਵਾਈ ਲੈਣ ਦੇ ਨਾਲ ਜਿਹੜੀ ਵਾਇਰਲ ਇਨਫੈਕਸ਼ਨ ਕਰਕੇ 1 ਹਫ਼ਤੇ 'ਚ ਠੀਕ ਹੋਏਗੀ। ਸੋ ਸਭ ਤੋਂ ਪਹਿਲਾਂ ਦੇਖਣ ਦੀ ਲੋੜ ਹੈ ਕਿ ਸਾਨੂੰ ਦਵਾਈ ਨਾਲ ਇਲਾਜ ਕਰਨ ਤੋਂ ਪਹਿਲਾਂ ਕਿ ਕੀ ਸਾਨੂੰ ਦਖਲ ਅੰਦਾਜ਼ੀ ਕਰਨ ਦੀ ਲੋੜ ਹੈ, ਜੇ ਹੈ ਤਾਂ ਅਸੀਂ ਕੀ ਤਬਦੀਲੀ ਲੈਣੀ ਚਾਹੁੰਦੇ ਹਾਂ ਪੇਸ਼ੈਂਟ ਕੰਡੀਸ਼ਨ 'ਚ। ਅਤੇ ਇਹ ਬੜਾ ਕਲੀਅਰ ਹੋਏ, ਇਹ ਜਿਹੜਾ ਕੰਮ ਹੈ ਪ੍ਰੋਫੈਸ਼ਨਲਸ ਦੇ ਧਿਆਨ ਦੇਣ ਵਾਸਤੇ ਅਸੀਂ ਯੋਗ ਹੈਗਾ, ਅਤੇ ਪ੍ਰੋਫੈਸ਼ਨਲ ਨੂੰ ਅਸੀਂ ਪੜ੍ਹਾਉਂਦੇ ਵੀ ਹੈਗੇ ਕਿ ਰੈਸ਼ਨਲ ਥੈਰਾਪੈਟਿਕਸ ਜਿਹੜੀ ਹੈਗੀ, ਐਵੀਡੈਂਸ ਬੇਸਡ ਮੈਡੀਸਨ, ਉਹਦੇ 'ਚ ਇਹ ਹੈਗਾ ਕਿ ਪਹਿਲਾਂ ਦੇਖ ਲਓ ਅਸੀਂ ਤਬਦੀਲੀ ਕੀ ਲੈ ਕੇ ਆਉਣੀ ਚਾਹੁੰਦੇ ਹਾਂ ਅਤੇ ਕਿਹੜੀ ਦਵਾਈ ਹੈ ਜਿਹੜੀ ਇਹ ਤਬਦੀਲੀ ਲੈ ਕੇ ਆ ਸਕਦੀ ਹੈ। ਜਦੋਂ ਇਹ ਪਤਾ ਚੱਲ ਜਾਏ ਕਿ ਕਿਹੜੀ ਦਵਾਈ ਹੈਗੀ, ਉਹਦੇ 'ਚ ਪਹਿਲਾਂ ਦੇਖਣਾ ਹੋਊਗਾ ਵੀ ਇਹਦੇ ਮੁਕਾਬਲੇ ਹੋਰ ਦਵਾਈਆਂ ਕਿਹੜੀਆਂ, ਉਹਨਾਂ ਦਾ ਜਿਹੜਾ ਹੈਗਾ ਖਰਚਾ ਕਿੰਨਾ, ਉਹਨਾਂ ਦਾ ਫਾਇਦਾ ਕਿੰਨਾ ਹੈਗਾ, ਅਤੇ ਉਹ ਦਵਾਈ ਅਸੀਂ ਕਿਸ ਢੰਗ ਨਾਲ ਉਹ ਥਾਂ 'ਤੇ ਪਹੁੰਚਾ ਸਕਦੇ ਹਾਂ ਜਿੱਥੇ ਅਸਰ ਹੋਣਾ ਹੈ। ਉਹ ਥਾਂ 'ਤੇ ਪਹੁੰਚਾਉਣ ਦਾ ਮਤਲਬ ਹੈ ਦਮੇ ਦੀ ਦਵਾਈ ਫੇਫੜਿਆਂ 'ਚ, ਬ੍ਰੌਂਕਾਈ 'ਚ ਪਹੁੰਚਾਉਣੀ ਹੈ, ਅਤੇ ਉਹਦੇ 'ਚ ਸਾਨੂੰ ਪਹਿਲਾਂ ਕਲੀਅਰ ਹੋਣਾ ਪਊਗਾ ਕਿ ਹੋ ਸਕਦਾ ਕਿ ਸਾਨੂੰ ਇਨਹੇਲਰ ਨਾਲ ਜਾਂ ਨੈਬੂਲਾਈਜ਼ਰ ਨਾਲ ਦੇਣੀ ਪਏ, ਅਤੇ ਕਿੰਨੀ ਵਾਰ ਦੇਣੀ ਹੈ, ਕਿੰਨੀ ਡੋਜ਼ 'ਚ ਦੇਣੀ ਹੈ, ਅਤੇ ਕਿੰਨੀ ਫ੍ਰੀਕੁਐਂਟਲੀ ਅਸੀਂ ਦਾਂਗੇ, ਇਹ ਸਾਰੀ ਚੀਜ਼ਾਂ ਦੇਖ ਕੇ ਸਾਨੂੰ ਪਤਾ ਕਿਸ ਤਰ੍ਹਾਂ ਚੱਲੂਗਾ ਕਿ ਅਸਰ ਆ ਗਿਆ ਕਿ ਨਹੀਂ ਆ ਗਿਆ। ਇਹ ਸਵਾਲ ਪ੍ਰੈਸਕ੍ਰਾਈਬਰ ਨੇ ਸੋਚਣੇ ਹੁੰਦੇ ਹੈਗੇ, ਅਤੇ ਉਹ ਅਸਰ ਨੂੰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਦੇਖੇਗਾ। ਫੋਰ ਐਗਜ਼ਾਮਪਲ, ਜਿੱਦਾਂ ਕਿ ਨਾਈਟ ਅਵੇਕਨਿੰਗਸ ਨਾ ਹੋਣ, ਛਾਤੀ 'ਚ ਸੀਟੀ ਨਾ ਬੋਲ ਰਹੀ ਹੋਏ, ਰਾਤ ਦੀ ਖੰਘ ਹਟ ਜੇ, ਅਤੇ ਫਿਰ ਜਿਹੜਾ ਹੈਗਾ ਕਿ ਇਸ ਦਵਾਈ ਦਾ ਕੋਈ ਹੋਰ ਅਸਰ ਤਾਂ ਨਹੀਂ, ਅਤੇ ਜੇ ਉਹ ਅਸਰ ਹੈ ਠੀਕ ਹੈ ਜਾਂ ਹਾਨੀਕਾਰਕ ਹੈ, ਅਤੇ ਜੇ ਹਾਨੀਕਾਰਕ ਹੈਗਾ ਤਾਂ ਕਿਹੜਾ ਅਸਰ ਹੈਗਾ ਜਿਸ 'ਤੇ ਹੁਣ ਤਾਂ ਅਸੀਂ ਤੁਰਤ ਡਾਕਟਰ ਨੂੰ ਸੂਚਿਤ ਕਰਨਾ, ਅਤੇ ਕਿਹੜਾ ਸਾਈਡ ਇਫੈਕਟ ਹੈ ਕਿ ਜਿਹੜਾ ਦਵਾਈ ਦੇ ਅਸਰ ਦਾ ਹਿੱਸਾ ਹੈਗਾ ਬਟ ਹਾਨੀਕਾਰਕ ਨਹੀਂ ਹੈ, ਅਤੇ ਜਿਹੜਾ ਸਮੇਂ ਪਾ ਕੇ ਠੀਕ ਹੋ ਜਾਏਗਾ। ਡਾਕਟਰ ਸਾਹਿਬ, ਅਕਸਰ ਇਹ ਮੰਨਿਆ ਜਾਂਦਾ ਕਿ ਹਲਵਾਈ ਆਪਣੀ ਮਿਠਾਈ ਕਹਿੰਦੇ ਆਪ ਨਹੀਂ ਖਾਂਦਾ, ਕੀ ਤੁਸੀਂ ਕਦੇ ਐਲੋਪੈਥੀ ਤੋਂ ਬਿਨਾਂ ਦਵਾਈ ਲਈ ਆ? ਜੀ ਲਿੱਤੀ ਹੈ ਜੀ। ਉਹ ਚੀਜ਼ ਸਾਡੇ ਦਰਸ਼ਕਾਂ ਨਾਲ ਪਲੀਜ਼ ਸਾਂਝੀ ਕਰੋ, ਬਹੁਤ ਜ਼ਰੂਰੀ ਹੈ ਦਰਸ਼ਕਾਂ ਨੂੰ ਜਾਣਨ ਲਈ। ਦੇਖੋ, ਇਸ ਤਰ੍ਹਾਂ ਸੀ ਕਿ ਮੈਂ ਐਲੋਪੈਥੀ ਦਾ ਡਾਕਟਰ ਵੀ ਹੈ, ਪ੍ਰੋਫੈਸਰ ਵੀ ਹੈਗਾ, ਅਤੇ ਬਟ ਮੈਨੂੰ ਜਿਹੜੀ ਸੀ ਪ੍ਰੋਬਲਮ ਸੀ ਸਨੋਰਿੰਗ ਦੀ, ਐਲੋਪੈਥੀ 'ਚ ਮੇਰਾ ਜੇ ਇਲਾਜ ਕਰਾਉਣਾ ਹੁੰਦਾ ਤਾਂ ਓਪਰੇਸ਼ਨ ਲਈ ਮੈਂ ਫਿੱਟ ਨਹੀਂ ਸੀਗਾ, ਅਤੇ ਉਹਦੇ 'ਚ ਫਿਰ ਅਲਟੀਮੇਟਲੀ ਮਜਬੂਰੀ 'ਚ ਮੈਂ ਜਿਹੜਾ ਨੈਚੁਰੋਪੈਥੀ ਸਾਡੇ ਡੀਨ ਸੀ ਉਹਨਾਂ ਕੋਲ ਗਿਆ, ਅਤੇ ਉਹਨਾਂ ਨੇ ਫਿਰ ਕਿਹਾ ਕਿ ਪਹਿਲਾਂ ਲਾਈਫ ਸਟਾਈਲ ਦੇ ਵਿੱਚ ਉਹਨਾਂ ਨੇ ਮੈਨੂੰ ਮੋਡੀਫਾਈ ਕੀਤਾ, ਅਤੇ
ਨਾਲ ਮੈਨੂੰ ਸ਼ੂਗਰ ਵੀ ਸੀ ਅਤੇ ਸੁੱਖ ਨਾਲ ਉਹਦੇ 'ਚ ਦਵਾਈਆਂ ਦੀ ਖੁਰਾਕ 'ਚ ਸੁੱਖ ਨਾਲ ਤਾਂ ਮਜ਼ਾਕ 'ਚ ਕਹਿ ਰਹੇ ਹਾਂ 250 ਮਿਲੀਗ੍ਰਾਮ 500 1000 1500 ਮਿਲੀਗ੍ਰਾਮ ਰੋਜ਼ ਮੈਨੂੰ ਖਾਣੀ ਪੈ ਰਹੀ ਸੀ ਅਤੇ ਉਹਨਾਂ ਨੇ ਮੈਨੂੰ ਜਿਹੜਾ ਸੀ ਮੈਨੂੰ ਕੀ ਕਹਾਂ ਅਕਲ ਦੀ ਗੱਲਾਂ ਕੀਤੀਆਂ ਜਿਹਦੇ 'ਚ ਕਿਹਾ ਕਿ ਜਿਹੜਾ ਪਾਣੀ ਪੀਣਾ ਸਿਖਾਇਆ ਸਾਹ ਲੈਣ ਦਾ ਢੰਗ ਉਹਦੇ 'ਚ ਬਾਰੇ ਜ਼ੋਰ ਦਿੱਤਾ ਅਤੇ ਜਿਹੜਾ ਬੰਦੇ ਬਣ ਕੇ ਰਹਿਣਾ ਉਹਦੇ 'ਤੇ ਉਹਨਾਂ ਨੇ ਮੈਨੂੰ ਚਾਨਣ ਪਾਇਆ। ਮੈਨੂੰ ਦੱਸਿਆ ਉਹਨਾਂ ਨੇ ਕਿ ਇੱਕ ਸਵੇਰੇ ਜਿਹੜਾ ਹੈਗਾ ਪਾਣੀ ਪੀਣ ਦੀ ਕੀ ਮਹੱਤਤਾ ਹੈਗੀ ਅਤੇ ਦੁੱਖ ਭੁੱਖ ਦੇ ਅਟੈਕ ਹੁੰਦੇ ਆ 10:30 ਵਜੇ ਸਵੇਰੇ ਦਾ ਟਾਈਮ, ਉਹਨਾਂ ਨੇ ਮੈਨੂੰ ਸਮਝਾਇਆ ਕਿ 12:30 ਵਜੇ ਬਹੁਤ ਜ਼ੋਰ ਦੀ ਭੁੱਖ ਲੱਗਦੀ ਹੈ, ਬੰਦਾ ਕੋਈ ਨਾ ਕੋਈ ਸਨੈਕਸ ਖਾ ਲੈਂਦਾ ਸੀ 2:30-3 ਵਜੇ ਦੇ ਕਰੀਬ, ਇੱਕ ਸ਼ਾਮ ਨੂੰ 5:30-5 ਵਜੇ ਦੇ ਕਰੀਬ ਜਦੋਂ ਭੁੱਖ ਲੱਗਦੀ ਹੈ ਅਤੇ ਉਹਦੇ 'ਚ ਉਹਨਾਂ ਨੇ ਮੈਨੂੰ ਹਥਿਆਰ ਜਿਹੜੇ ਦਿੱਤੇ ਉਹ ਸੁਣ ਕੇ ਹੱਸੋਗੇ ਕਿ ਕਹਿੰਦੇ ਇੱਕ ਮੁੱਠੀ ਜਿੰਨਾ ਹੋਏ ਜੋ ਵੀ ਖਾਣਾ ਹੈਗਾ, ਚਾਹੇ ਕੱਚੀ ਨਾਸ਼ਪਾਤੀ ਹੋਏ, ਖੀਰਾ ਹੋਏ ਜਾਂ ਹਰਾ ਸੇਬ ਹੋਏ, ਇਹੋ ਜਿਹੇ ਹਥਿਆਰਾਂ 'ਚ ਉਹਨਾਂ ਨੇ ਮੈਨੂੰ ਲੈਸ ਕੀਤਾ। ਅਤੇ ਇੱਕ ਜਿਹੜੀ ਖਾਸ ਚੀਜ਼ ਉਹਨਾਂ ਨੇ ਮੇਰੇ ਲਈ ਸਪੈਸ਼ਲ ਕਹੀ ਸੀ ਉਹ ਸੀ ਮੇਥੇ, ਜਿਹਨੂੰ ਫੈਨੋਗ੍ਰੀਕ ਇੰਗਲਿਸ਼ 'ਚ ਕਹਿੰਦੇ ਹੈ। ਇਹਨੂੰ ਅੰਕੁਰਿਤ ਜਾਂ ਸਪਰਾਊਟ ਕਰਨ ਦਾ ਉਹਨਾਂ ਨੇ ਮੈਨੂੰ ਤਰੀਕਾ ਸਮਝਾਇਆ ਕਿ ਪੋਣਾ ਲੈ ਕੇ ਇੱਕ ਉਹਦੇ 'ਚ ਮੇਥੇ ਪਾ ਲਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਟੈਪ ਦੇ ਕੋਲ ਲਮਕਾ ਦਿਓ ਅਤੇ ਜਦੋਂ ਵੀ ਲੰਘਦੇ ਵੜਦੇ ਕਿਚਨ 'ਚ ਥੋੜ੍ਹਾ ਜਿਹਾ ਕੋਸਾ ਜਿਹਾ ਪਾਣੀ, ਗਰਮ ਵਾਟਰ ਪਾ ਦਿਓ, ਇੱਕ ਦਿਨ 'ਚ ਸਪਰਾਊਟ ਹੋ ਜਾਏਗੀ। ਬਾਅਦ 'ਚ ਉਹਨੂੰ ਡੱਬੇ 'ਚ ਪਾ ਲਓ ਅਤੇ ਦਿਨ ਦੇ ਵਿੱਚ ਸਵੇਰੇ ਸਵੇਰੇ ਜਦੋਂ ਤੁਸੀਂ ਪਾਣੀ ਪੀ ਕੇ ਆਪਣਾ ਪਾਣੀ ਪੀਣ ਦਾ ਤਰੀਕਾ ਵੀ ਉਹਨਾਂ ਨੇ ਮੈਨੂੰ ਸਮਝਾਇਆ, ਉਹ ਸੀ ਕਿ ਤਕਰੀਬਨ 1.5 ਲੀਟਰ ਪਾਣੀ ਪੀਣਾ ਅਤੇ ਜਿਹੜਾ ਬੰਦਾ ਇਕੱਠਾ 1.5 ਲੀਟਰ ਨਹੀਂ ਪੀ ਸਕਦਾ ਉਹ 500-500 ml ਕਰਕੇ 2-3 ਹਿੱਸਿਆਂ 'ਚ ਪੀ ਲਏ ਅਤੇ ਜਦੋਂ ਬੰਦੇ ਨੂੰ ਫਰੈਸ਼ ਹੋ ਜਾਏ ਉਸ ਤੋਂ ਬਾਅਦ ਫਿਰ ਪਾਣੀ ਪੀ ਲਏ। ਉਹਦੇ ਨਾਲ ਜਿਹੜਾ ਹੈਗਾ ਭੁੱਖ ਦੇ ਕੇਂਦਰ ਨੂੰ ਬ੍ਰੇਨ 'ਚ ਸੁਨੇਹਾ ਚੱਲਿਆ ਜਾਂਦਾ ਕਿ ਹਾਂ ਢਿੱਡ ਤੋਂ ਮੈਂ ਭਰਿਆ ਹੋਇਆ ਅਤੇ ਭੁੱਖ ਨਹੀਂ ਲੱਗਦੀ। ਅਤੇ ਫਿਰ ਉਹਦੇ 'ਚ ਉਹਨਾਂ ਨੇ ਮੈਨੂੰ ਸਮਝਾਇਆ ਕਿ 2 ਲਸਣ ਦੀ ਗੱਠੀਆਂ ਲੈ ਕੇ ਕ੍ਰੈਸ਼ ਕਰਕੇ ਪਾਣੀ ਨਾਲ ਸਵਾਲੋ ਕਰ ਲਓ। ਅਤੇ ਇੱਕ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ ਸਪਰਾਊਟਿਡ ਮੇਥੇ ਹੈ ਉਹ 1 ਕੌਲੀ 'ਚ ਪਾ ਕੇ 4 ਚਮਚ ਖਾ ਲਓ ਅਤੇ ਪਾਣੀ ਪੀ ਲਓ। ਅਤੇ ਇੱਕ ਜਿਹੜਾ ਸੀ ਉਹਨਾਂ ਨੇ ਮੇਰੀ ਰੋਟੀ ਦੇ ਵਿੱਚ ਤਬਦੀਲੀ ਕੀਤੀ। ਜੀ ਡਾਕਟਰ ਸਾਹਿਬ, ਬਹੁਤ ਵੱਡੀ ਗੱਲ ਹੈ ਕਿ ਕੈਲੋਪੈਥੀ ਦੇ ਮਾਹਿਰ ਜੋ ਨੇ 94 ਡਾਕਟਰਾਂ 'ਚੋਂ ਤੁਸੀਂ ਇੱਕ ਵਾਰ ਲੋਕਾਂ ਨੂੰ ਲਾਈਫ ਸਟਾਈਲ ਜਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਜਿਹੜੀ ਜਾਂ ਨੈਚੁਰੋਪੈਥੀ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਲਾਈਫ ਸਟਾਈਲ ਸਾਨੂੰ ਉਹੋ ਜਿਹਾ ਅਪਣਾ ਲੈਣਾ ਚਾਹੀਦਾ ਆ ਜਿਸ ਨਾਲ ਅਸੀਂ ਵੈਸੀ ਤੰਦਰੁਸਤ ਰਹੀਏ, ਯਾਨੀ ਕਿ ਜਿਸ ਤਰ੍ਹਾਂ ਆਮ ਕਹਾਵਤ ਆ ਕਿ ਵੈਕਸੀਨੇਸ਼ਨ ਇਜ਼ ਬੈਟਰ ਦੈਨ ਕਿਓਰ। ਅਤੇ ਮੈਨੂੰ ਲੱਗਦਾ ਕਿ ਇਹ ਬੜੀ ਵੱਡੀ ਗੱਲ ਤੁਸੀਂ ਸਾਡੇ ਦਰਸ਼ਕਾਂ ਨੂੰ ਕੀਤੀ ਹੈ। ਪਰ ਡਾਕਟਰ ਸਾਹਿਬ, ਇਹਦੇ ਵਿੱਚ ਲਾਈਫ ਸਟਾਈਲ ਦੇ ਵਿੱਚ ਕੁਛ ਚੀਜ਼ਾਂ ਅਜਿਹੀਆਂ ਆ ਜਾਂਦੀਆਂ ਨੇ ਕਿ ਇੱਕ ਸਾਡਾ ਯੂਥ ਹੈ ਜੋ ਜਾਂ ਤਾਂ ਜਿੰਮ ਜਾਂਦਾ ਆ, ਬਾਕੀ ਫਿਜ਼ੀਕਲ ਕੰਮ ਬਹੁਤ ਜ਼ਿਆਦਾ ਘੱਟ ਚੁੱਕੇ ਨੇ ਸਾਡੇ ਲਾਈਫ ਸਟਾਈਲ ਦੇ ਵਿੱਚੋਂ, ਉਹਦੀ ਕਿਤੇ ਨਾ ਕਿਤੇ ਇੰਪੋਰਟੈਂਸ ਹੈ ਖਾਣੇ ਦੇ ਨਾਲ, ਡਾਇਟ ਦੇ ਨਾਲ? ਦੇਖੋ, ਡਾਇਟ ਜਿਹੜੀ ਹੈਗੀ ਉਹ ਮੇਰੇ ਖਿਆਲ ਹੈ ਕੋਟ ਹੈਗੀ ਕਿ ਯੂ ਸ਼ੁੱਡ ਚੂਜ਼ ਯੋਰ ਫੂਡ ਲਾਈਕ ਮੈਡੀਸਨ, ਸ਼ਾਇਦ ਟਾਟਾ ਸਾਹਿਬ ਦੀ ਕੋਟ ਹੈਗੀ ਜੇ ਮੈਨੂੰ ਸਹੀ ਯਾਦ ਆ ਰਿਹਾ ਹੈਗਾ। ਅਤੇ ਉਹਦੇ 'ਚ ਹੈ ਕਿ ਭੋਜਨ ਇਸ ਤਰ੍ਹਾਂ ਚੂਜ਼ ਕਰੋ ਕਿ ਉਹ ਦਵਾਈ ਦੀ ਤਰ੍ਹਾਂ ਹੋਵੇ। ਅਤੇ ਅਸੀਂ ਜੂਣ ਲਈ ਖਾਂਦੇ ਹਾਂ, ਖਾਣ ਲਈ ਨਹੀਂ ਚੁੰਦੇ, ਯਾਦ ਰੱਖੋ ਜੀ। ਅਤੇ ਇੱਕ ਇਹ ਹੈਗਾ ਕਿ ਜਿਹੜਾ ਕੁਦਰਤ ਨੇ ਜੋ ਜਿਹੜੇ ਰੱਬ ਨੂੰ ਮੰਨਦੇ ਹਾਂ ਤਾਂ ਰੱਬ ਨੇ ਜੋ ਬਣਾਇਆ ਹੋਇਆ, ਜਿਹੜੇ ਨਹੀਂ ਵੀ ਮੰਨਦੇ ਤਾਂ ਜੋ ਵੀ ਕੁਦਰਤ ਹੈ ਜਿਹਨੇ ਸਾਰੀ ਵਿਵਸਥਾ
ਜਿਹਦੇ ਕਰਕੇ ਹੈਗੀ ਅਤੇ ਉਹਨੇ ਜਿਹੜਾ ਹੈਗਾ ਸਾਡਾ ਭੋਜਨ ਅਸੀਂ ਜਿਉਣ ਲਈ ਖਾਂਦੇ ਹਾਂ, ਲੇਕਿਨ ਭੋਜਨ ਖਾਣ ਲਈ ਅਸੀਂ ਨਹੀਂ ਜਿਉਂਦੇ, ਇਹਦਾ ਧਿਆਨ ਰੱਖੀਏ। ਅਤੇ ਡਾਇਟ ਜਿਹੜੀ ਹੈਗੀ ਆਪਣੀ ਲੋੜ ਦੇ ਮੁਤਾਬਕ, ਉਮਰ ਦੀ ਯੰਗ ਏਜ ਦੇ ਉਸ ਕਿਸਮ ਦਾ ਭੋਜਨ ਕੀ ਕਰੀਏ ਜਿਹਦੇ 'ਚ ਜਿਹੜਾ ਹੈਗਾ ਕੋਸ਼ਿਸ਼ ਹੈ ਕਰੀਏ ਕਿ ਖੁੱਲ੍ਹੀ ਹਰੀ ਸਬਜ਼ੀਆਂ ਹੋਣ, ਖੁੱਲ੍ਹੇ ਜਿਹੜੇ ਹੈਗੇ ਫਲ ਹੋਣ। ਫਲ ਕੋਈ ਇਹ ਕੋਈ ਨਹੀਂ ਕਿ ਕੋਈ ਮਹਿੰਗਾ ਫਲ ਲੈਣਾ, ਹਾਈ ਫਾਈ ਲੈਣਾ, ਜਿਹੜਾ ਵੀ ਸੀਜ਼ਨ ਦਾ ਫਲ ਹੋਏ ਅਤੇ ਉਹਦਾ ਇਸਤੇਮਾਲ ਕਰੋ। ਸਹੀ ਢੰਗ ਨਾਲ ਪਾਣੀ ਪੀਤਾ ਜੇ, ਜਿਮ ਜਾਣਾ ਜਿਹੜਾ ਹੈਗਾ ਉਹਦੇ ਮੁਕਾਬਲੇ ਸਾਹ 'ਤੇ ਜ਼ੋਰ ਦੇਣਾ, ਕਿਉਂਕਿ ਸਾਹ ਨੂੰ ਕੰਟਰੋਲ ਕਰਨਾ ਜਿਹੜਾ ਹੈਗਾ ਇਹ ਪਹਿਲੀ ਚੀਜ਼ ਹੈਗੀ। ਅਤੇ ਉਹਦੇ 'ਚ ਮੈਂ ਕੁਆਲੀਫਾਈਡ ਨਹੀਂ ਹਾਂ ਇਸ ਚੀਜ਼ ਬਾਰੇ, ਜੋ ਨੈਚੁਰੋਪੈਥ ਹੈਗੇ ਜੋ ਯੋਗਾ ਵਾਲੇ ਹੈਗੇ ਉਹ ਦੇ ਆਰ ਮੋਸਟ ਐਪਰੋਪ੍ਰੀਏਟ ਪਰਸਨ ਕਿ ਕਿਸ ਢੰਗ ਨਾਲ ਬਰੀਦਿੰਗ ਕੀਤੀ ਜਾਏ। ਅਤੇ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਹਾਂ ਕਿ ਜਿਮ ਜਾਂ ਯੋਗਾ ਜਾਂ ਮੈਡੀਟੇਸ਼ਨ ਜਾਂ ਸਾਹ ਦੀਆਂ ਜਿਹੜੀਆਂ ਐਕਸਰਸਾਈਜ਼ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਕਿਸ ਤਰ੍ਹਾਂ ਦੀਆਂ ਐਕਸਰਸਾਈਜ਼ ਜ਼ਿਆਦਾ ਇੰਪੋਰਟੈਂਟ ਨੇ ਅੱਜ ਕੱਲ੍ਹ ਦੇ ਸਮੇਂ ਨੂੰ ਦੇਖਦੇ ਹੋਏ, ਅੱਜ ਕੱਲ੍ਹ ਦੀਆਂ ਬਿਮਾਰੀਆਂ ਨੂੰ ਦੇਖਦੇ ਹੋਏ? ਦੇਖੋ, ਜਿਹੜਾ ਜਿਮ ਹੈਗਾ ਉਹ ਪ੍ਰਕਿਰਤਿਕ ਕੁਦਰਤੀ ਮੁਕਾਬਲ 'ਚ ਨਹੀਂ ਹੁੰਦਾ। ਜਿਹੜਾ ਯੋਗਾ ਹੈਗਾ, ਹੁਣ ਪਟਿਆਲਾ ਵਰਗੀ ਥਾਂ 'ਚ ਜਿੱਥੇ ਕਿੰਨੀ ਮਰਜ਼ੀ ਇੰਨੀ ਦਰਖਤ ਹੈਗੇ, ਖੁੱਲ੍ਹੀ ਸਾਫ਼ ਹਵਾ ਹੈਗੀ, ਬੰਦਾ ਆਊਟਡੋਰ ਜਾਂਦਾ ਹੈਗਾ, ਅਤੇ ਆਊਟਡੋਰ ਇਨ ਆਲ ਕੇਸਿਸ ਇਜ਼ ਬੈਟਰ ਦੈਨ ਜੇ ਆਊਟਡੋਰ 'ਚ ਜਿਹੜਾ ਸਿੰਪਲ ਵਾਕਿੰਗ ਹੈਗਾ ਰੈਗੂਲਰ ਕੀਤੀ ਜਾਏ। ਜੇ ਆਪਾਂ ਆਰਮੀ ਵਾਲਿਆਂ ਦਾ ਦੇਖੀਏ ਕਿ ਉਹ ਰੈਗੂਲਰ ਵਾਕ ਕਰਦੇ ਆ, ਉਹਨਾਂ ਦੀ ਐਵਰੇਜ ਜਿਹੜੀ ਲਾਈਫ ਹੈ ਕਿਸੇ ਵੀ ਹੋਰ ਸਮਾਜ ਦੇ ਖੇਤਰ ਦੇ ਬੰਦਿਆਂ ਨਾਲੋਂ 5-10 ਸਾਲ ਉਮਰ ਲੰਬੀ ਹੁੰਦੀ ਹੈ। ਅਤੇ ਉਹਨਾਂ 'ਚ ਜਿਹੜੀ ਬਿਮਾਰੀਆਂ ਵੀ ਜਿਹੜੀ ਆਰਮੀ ਵਾਲਿਆਂ 'ਚ ਉਹ ਘੱਟ ਹੁੰਦੀਆਂ, ਉਹ ਲਾਈਫ ਸਟਾਈਲ ਕਰਕੇ ਹੁੰਦੀਆਂ। ਅਤੇ ਉਹਨਾਂ ਦੇ ਲਾਈਫ ਸਟਾਈਲ 'ਚ ਆਰਮੀ ਵਾਲਿਆਂ ਦੇ ਕਿਤੇ ਵੀ ਜਿੰਮ ਨਹੀਂ ਹੁੰਦਾ। ਉਹ ਜਿਹੜਾ ਹੈਗਾ ਸਰੀਰ ਨੂੰ, ਗਰਾਊਂਡ ਇਜ਼ ਦਾ ਬੈਸਟ ਪਲੇਸ ਫੋਰ ਫਿਜ਼ੀਕਲ ਐਕਟੀਵਿਟੀ। ਅਤੇ ਬਾਕੀ ਰਹੀ ਗੱਲ ਯੋਗਾ ਦੀ ਅਤੇ ਬਰੀਦਿੰਗ ਦੀ, ਇਹਦੇ ਜਿਹੜੇ ਹੈਗੇ ਅਸੀਂ ਅੱਜ ਮੰਨ ਗਏ ਹੈਗੇ ਐਲੋਪੈਥੀ ਵਾਲੇ ਕਿ ਹਾਂ ਭਾਈ, ਇਹ ਜਿਹੜੀ ਸਮੇਂ ਦੀ ਕਸੌਟੀ 'ਤੇ ਪਰਖੀਆਂ ਹੋਈਆਂ ਜਿਹੜੀਆਂ ਚੀਜ਼ਾਂ ਹੈਗੀਆਂ, ਇਹਨਾਂ ਦਾ ਵਜ਼ਨ, ਇਹਨਾਂ 'ਚ ਦਮ ਹੈਗਾ, ਉਹ ਜਿਹੜੇ ਐਲੋਪੈਥੀਸ ਦੇ ਸਪੈਸ਼ਲਿਸਟ ਹੈ ਜਾਂ ਜਿਹੜੇ ਐਲੋਪੈਥੀਸ ਨੂੰ ਪ੍ਰੈਕਟਾਈਜ਼ ਕਰਕੇ ਕੁਆਲੀਫਾਈਡ ਹੈ, ਉਹ ਪ੍ਰੋਪਰ ਉਹ ਮਾਹਰ ਰਹਿਣਗੇ ਜਿਹੜੇ ਬਰੀਦਿੰਗ ਬਾਰੇ ਦੱਸ ਸਕਣ। ਹੁਣ ਮੈਨੂੰ ਤਾਂ ਬਰੀਦਿੰਗ ਦੇ ਭੇਦ ਨਹੀਂ ਪਤਾ ਸੀ, ਉਹਨਾਂ ਨੇ ਤਾਂ ਮੈਨੂੰ 25 ਚੀਜ਼ਾਂ ਬਰੀਦਿੰਗ ਵਾਲੀ ਸਮਝਾਤੀਆਂ। ਮੇਰਾ ਤਾਂ ਨੱਕ ਹਮੇਸ਼ਾ ਬੰਦ ਰਹਿੰਦਾ ਸੀਗਾ, ਮੈਨੂੰ ਤਾਂ ਸਿੰਪਲ ਉਹਨਾਂ ਨੇ ਦੇਸੀ ਘੇ ਦੀ ਇੱਕ ਡਰੋਪ ਪਾ ਕੇ ਜਿਹੜਾ ਹੈਗਾ ਨੱਕ, ਰਾਤ ਨੂੰ ਇਹ ਜਿਹੜੇ ਸਨੋਰਿੰਗ ਘਰਾੜੇ ਜਿਹਨੂੰ ਕਹਿੰਦੇ ਹੈ, ਇਹਦੀ ਮਾਤਰਾ ਘਟਾਤੀ। ਅਤੇ ਇਹ ਜਿਹੜਾ ਸਾਹ ਲੈਣ ਦੀ ਕੀ ਟੈਕਨੀਕ ਹੋਏ ਅਤੇ ਕਿਹੜਾ ਸਾਹ ਕਿਸ ਬਿਮਾਰੀ 'ਚ ਲੈਣਾ, ਇਹਦੇ ਮਾਹਰ ਜਿਹੜੇ ਹੈਗੇ ਨੈਚੁਰੋਪੈਥੀ ਵਾਲੇ ਜਿਹੜੇ ਕੁਆਲੀਫਾਈਡ ਹੈ ਉਹ ਹੈ। ਬਟ ਮੈਂ ਤਸਲੀਮ ਕਰਦਾ ਕਿ ਹਾਂ, ਇਹ ਵਰਕ ਕਰਦੀ ਹੈ। ਬਹੁਤ ਖੂਬ ਡਾਕਟਰ ਸਾਹਿਬ, ਅਤੇ ਇਸ ਦੇ ਨਾਲ ਸਾਨੂੰ ਇੱਕ ਚੀਜ਼, ਬ੍ਰੇਕ ਤੋਂ ਪਹਿਲਾਂ ਇਹ ਦੱਸੋ ਕਿਹੜੀਆਂ ਬਿਮਾਰੀਆਂ ਦੇ ਲਈ ਸਾਨੂੰ ਦਵਾਈ ਦੀ ਜ਼ਰੂਰਤ, ਐਲੋਪੈਥਿਕ ਦਵਾਈ ਦੀ ਜ਼ਰੂਰਤ ਹੈ ਔਰ ਕਿਹੜੀਆਂ ਦੇ ਲਈ ਨਹੀਂ ਹੈ? ਐਮਰਜੈਂਸੀ 'ਚ ਜਦੋਂ ਕ੍ਰਾਈਸਿਸ ਹੋਏ ਉੱਥੇ ਐਮਰਜੈਂਸੀ ਅਕਿਊਟ ਮੈਡੀਸਨ, ਉੱਥੇ ਐਲੋਪੈਥੀ ਕੰਮ ਕਰਦੀ ਹੈਗੀ। ਅਤੇ ਜਿਹੜੀ ਦੂਜੀ ਬਿਮਾਰੀਆਂ ਹੈਗੀਆਂ, ਲਾਈਫ ਸਟਾਈਲ ਨਾਲ ਰਿਲੇਟਡ ਬਿਮਾਰੀਆਂ ਹੈਗੀਆਂ, ਉੱਥੇ ਲਾਈਫ ਸਟਾਈਲ ਨੂੰ ਤਬਦੀਲ ਕਰਨਾ ਉਹ ਮੈਟਰ ਕਰਦਾ ਹੈ। ਲਾਈਫ ਸਟਾਈਲ ਨਾਲ ਰਿਲੇਟਡ ਦਵਾਈਆਂ ਦਾ ਮੇਰਾ ਮਤਲਬ ਹੈਗਾ ਜਿਹੜੀ ਦਿਲ ਦੀ ਬਿਮਾਰੀਆਂ ਹੈ, ਜਿਨ੍ਹਾਂ 'ਚ ਬਲੱਡ ਪ੍ਰੈਸ਼ਰ ਹੈ, ਹਾਈਪਰ ਟੈਨਸ਼ਨ ਹੈਗਾ, ਐਂਜਾਈਨਾ ਹੈਗਾ, ਜਾਂ ਸ਼ੂਗਰ ਦੀ ਮੈਟਾਬੋਲਿਜ਼ਮ ਦੀ ਬਿਮਾਰੀ ਹੈਗੀ, ਜਾਂ ਥਾਇਰਾਇਡ ਦੀ ਬਿਮਾਰੀ ਹੈਗੀ, ਇਹ ਲਾਈਫ ਸਟਾਈਲ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਹੈਗੀਆਂ, ਜਾਂ ਐਂਗਜ਼ਾਇਟੀ ਹੈਗੀ, ਜਾਂ ਕਈ ਜਿਹੜੀ ਸਾਈਕੋਸੋਮੈਟਿਕ ਬਿਮਾਰੀਆਂ ਹੈਗੀਆਂ, ਸਾਈਕੋਲੋਜੀਕਲ ਫੈਕਟਰ ਕਰਕੇ ਸਰੀਰਕ ਬਿਮਾਰੀਆਂ, ਲਾਈਫ ਸਟਾਈਲ ਦੀ ਬਿਮਾਰੀਆਂ, ਇਹਦੇ 'ਚ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ ਐਲੋਪੈਥੀ ਵਾਲੇ ਵੀ
ਮੰਨਦੇ ਹੈਗੇ, ਲੇਕਿਨ ਬੜ ਉਹਨਾਂ ਕੋਲ ਨਾ ਤਾਂ ਇੰਨਾ ਟਾਈਮ ਦਿੰਦੇ, ਇੰਨਾ ਜ਼ੋਰ ਦਿੰਦੇ, ਦਿਖਾਵੇ ਲਈ ਕਹਿ ਦਿੰਦੇ ਹਾਂ ਕਿ ਹਾਂ ਜੀ ਲਾਈਫ ਸਟਾਈਲ ਕਰੋ, ਲਾਈਫ ਸਟਾਈਲ ਚੇਂਜ ਕਰਨ 'ਚ ਬਲੱਡ ਪ੍ਰੈਸ਼ਰ ਵਾਲਿਆਂ ਨੂੰ ਜਿਹੜਾ ਨੂਨ ਹੈ ਉਹ ਅਵੋਇਡ ਕਰਨਾ ਚਾਹੀਦਾ, ਜਿਹੜਾ ਅਚਾਰ ਹੈਗੇ ਉਹ ਕਰਨੇ ਚਾਹੀਦੇ, ਜਿਹੜੇ ਸੌਸ ਹੈਗੇ ਉਹ ਅਵੋਇਡ ਕਰਨੇ ਚਾਹੀਦੇ ਹੈਗੇ, ਜਿਹੜਾ ਜੰਕ ਫੂਡ ਹੈਗਾ ਜਿਹਦੇ 'ਚ ਬਹੁਤ ਜ਼ਿਆਦਾ ਸੋਡੀਅਮ ਹੁੰਦਾ ਹੈਗਾ ਅਵੋਇਡ ਕਰਨਾ ਚਾਹੀਦਾ, ਸਮੋਕਿੰਗ ਹੈ ਉਹ ਅਵੋਇਡ ਕਰਨੀ ਚਾਹੀਦੀ ਹੈ, ਅਤੇ ਜਿਹੜਾ ਸੀਡੈਂਟਰੀ ਹੈ ਜਿਹੜਾ ਵਿਹਲੇ ਬੈਠੇ ਜਿਹੜਾ ਲਾਈਫ ਸਟਾਈਲ ਹੈ ਉਹ ਮੋਡੀਫਾਈ ਕਰਨਾ ਚਾਹੀਦਾ ਹੈਗਾ, ਅਤੇ ਸਿੰਪਲੀ ਜਿਹੜਾ ਹੈਗਾ ਸਮੋਕਿੰਗ ਬੰਦ ਕਰਕੇ, ਖੁੱਲ੍ਹਾ ਪਾਣੀ ਪੀ ਕੇ, ਅਤੇ ਜਿਹੜਾ ਹੈਗਾ ਆਪਣਾ ਵੇਟ ਨੂੰ ਕੰਟਰੋਲ ਕਰਕੇ, ਡਰਿੰਕ ਜਿਹੜਾ ਹੈਗਾ ਬੰਦ ਕਰਕੇ, ਅਤੇ ਇੱਕ ਥੋੜ੍ਹੀ ਜਿਹੀ ਫਿਜ਼ੀਕਲ ਐਕਟੀਵਿਟੀ ਜਿਹੜੇ ਬੈਠ ਕੇ ਵੀ ਕੰਮ ਕਰਦੇ ਹਾਂ ਘੰਟੇ ਬਾਅਦ 5 ਮਿੰਟ ਦੇ ਲਈ ਆਪਣੇ ਆਪ ਨੂੰ ਸਟ੍ਰੈਚਿੰਗ ਐਕਸਰਸਾਈਜ਼ ਕਰ ਲੈਣ। ਜੇ ਹੁਣ ਅੰਗਰੇਜ਼ ਲੋਕ ਜਿਹੜੇ ਹੈਗੇ ਯੋਗਾ ਨੂੰ ਸਿੱਧਾ ਐਕਸੈਪਟ ਨਹੀਂ ਕਰਨਾ ਚਾਹੁੰਦੇ, ਉਹ ਉਹਨੂੰ ਸਟ੍ਰੈਚਿੰਗ ਐਕਸਰਸਾਈਜ਼ ਦਾ ਇੱਕ ਵੈਸਟਰਨ ਨਾਮ ਦੇ ਦਿੰਦੇ, ਅਤੇ ਉਹ ਜਿਹੜਾ ਹੈਗਾ ਲਾਈਫ ਸਟਾਈਲ ਇਸ ਤਰ੍ਹਾਂ ਮੋਡੀਫਾਈ ਕਰਨ, ਢੰਗ ਨਾਲ ਪਾਣੀ ਪੀਣਾ, ਢੰਗ ਨਾਲ ਸਾਹ ਲੈਣਾ, ਬੰਦੇ ਦੀ ਤਰ੍ਹਾਂ ਜਿਉਣਾ, ਅਤੇ ਇਨਸਾਨਾਂ ਦੀ ਤਰ੍ਹਾਂ ਨਾ ਕਿ ਡੰਗਰਾਂ ਪਸ਼ੂਆਂ ਦੀ ਤਰ੍ਹਾਂ ਖਾਣਾ, ਇਹ ਲਾਈਫ ਸਟਾਈਲ ਮੋਡੀਫਾਈ ਕਰਨ ਦੀ ਪ੍ਰਮੁੱਖ ਗੱਲ ਹੈ। ਡਾਕਟਰ ਖੋਸਲਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਮਨੇਜ਼ੀਅਮ ਦੀ ਬਜਾਏ ਸੈਰ ਦੀ ਜ਼ਰੂਰਤ ਹੈ ਜਾਂ ਬਰੀਦਿੰਗ ਐਕਸਰਸਾਈਜ਼ ਦੀ ਜ਼ਰੂਰਤ ਹੈ, ਇਹਨਾਂ ਬਾਰੇ ਗੱਲ ਅਸੀਂ ਜਾਰੀ ਰੱਖਦੇ ਹੋਏ, ਇੱਕ ਪੰਜਾਬ ਦੇ ਵਿੱਚ ਖਾਸ ਕਰਕੇ, ਵੈਸੇ ਤਾਂ ਉੱਤਰ ਭਾਰਤ ਦੇ ਵਿੱਚ ਕੀ ਮਤਲਬ ਪੂਰੇ ਭਾਰਤ ਦੇ ਵਿੱਚ ਡਰੱਗਸ ਦਾ ਬਹੁਤ ਚਲਨ ਹੈ, ਜਿਸ ਤਰ੍ਹਾਂ ਕਿ ਕੋਈ ਸਿੰਥੈਟਿਕ ਨਸ਼ੇ ਵੀ ਕਹਿੰਦੇ ਲੋਕ ਲੈਣ ਲੱਗ ਗਏ ਨੇ, ਛੋਟੇ ਛੋਟੇ ਬੱਚੇ ਅਸੀਂ ਦੇਖਦੇ ਹਾਂ ਚੌਂਕਾਂ ਦੇ ਵਿੱਚ ਉਹ ਆਇਓਡੈਕਸ ਨੂੰ ਰੁਮਾਲ ਦੇ ਵਿੱਚ ਪਾ ਕੇ ਸੁੰਘਦੇ ਨੇ ਅਤੇ ਉਹ ਮੰਗੀ ਜਾਂਦੇ ਨੇ ਜਾਂ ਕਾਰਾਂ ਸਾਫ਼ ਕਰਦੇ ਨੇ, ਬਹੁਤ ਜ਼ਿਆਦਾ ਚਲਨ ਹੈ ਇਹਨਾਂ ਚੀਜ਼ਾਂ ਦਾ। ਕੀ ਉਹ ਲਾਈਫ ਸਟਾਈਲ ਹੀ ਇੱਕ ਅਜਿਹਾ ਕਾਰਨ ਹੈ ਜਿਹਦੇ ਕਰਕੇ ਸਾਡਾ ਯੂਥ ਹੈ ਜਾਂ ਬਚਪਨੇ ਤੋਂ ਜਿਹੜਾ ਸ਼ੁਰੂ ਹੋ ਜਾਂਦਾ ਆ ਉਹ ਡਰੱਗਸ ਨੂੰ ਅਕਸੈਪਟ ਕਰ ਰਹੇ ਨੇ ਜਾਂ ਉਹਨਾਂ ਨੂੰ ਲੈ ਰਹੇ ਨੇ ਜੀ? ਦੇਖੋ, ਨਸ਼ਾ ਜਿਹੜਾ ਹੈਗਾ ਇਹਦੇ ਬਹੁਤ ਪੱਖੀ ਕਾਰਨ ਹੈਗੇ ਨਸ਼ਾ ਕਰਨ ਦੇ, ਜਿਹਦੇ 'ਚ ਯੂਥ ਦੇ ਵਿੱਚ ਐਲੀਨੇਸ਼ਨ ਦੀ ਫੀਲਿੰਗ ਆ ਜਿਹੜੀ ਹੈਗੀ, ਫੁਲਫਿਲਮੈਂਟ ਨਾ ਹੋਣਾ, ਅਤੇ ਇਸ ਤੋਂ ਇਲਾਵਾ ਈਜ਼ੀ ਅਵੇਲੇਬਿਲਟੀ ਆਫ ਡਰੱਗਸ, ਅਤੇ ਉਹਦੇ ਵਿੱਚ ਹਾਂ ਜਦੋਂ ਕਿਸੇ ਨੂੰ ਇਹ ਹੋ ਜਾਏ ਐਡਿਕਸ਼ਨ, ਉਹਦੀ ਟ੍ਰੀਟਮੈਂਟ ਦਾ ਇੰਪੋਰਟੈਂਟ ਪਾਰਟ ਹੈ ਜਿਹੜਾ ਉਹ ਲਾਈਫ ਸਟਾਈਲ ਮੋਡੀਫਿਕੇਸ਼ਨ ਹੈਗਾ। ਹੁਣ ਜਿੱਦਾਂ ਇਹ ਹੋ ਗਿਆ ਕਿ ਲਾਈਫ ਸਟਾਈਲ 'ਚ ਬੱਚੇ ਜਿਹੜੇ ਹੈਗੇ ਲੇਟ ਰਾਤ ਨੂੰ 2-3 ਵਜੇ ਸੌਂਦੇ ਹੈਗੇ, ਅਤੇ ਦੁਪਹਿਰ 12-1 ਵਜੇ ਉੱਠਦੇ ਹੈਗੇ, ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਕਰਕੇ ਉੱਠਦੇ ਹਾਂ ਕਿ ਅਸੀਂ +1+2 'ਚ ਤਿਆਰੀ ਜਿਹੜੀ ਹੈਗੀ ਉਹ ਕੰਪੀਟੀਟਿਵ ਐਗਜ਼ਾਮੀਨੇਸ਼ਨ ਦੀ ਕਰਾਂਗੇ, ਅਤੇ ਹਕੀਕਤ 'ਚ ਇਹ ਹੁੰਦਾ ਹੈਗਾ ਦੁਪਹਿਰ ਉੱਠੇ ਅਤੇ ਉਸ ਤੋਂ ਬਾਅਦ ਫਿਰ ਅਤੇ ਸ਼ਾਮ ਨੂੰ 3-4 ਵਜੇ ਬੋਲ 'ਚ ਜਾਂ ਗੇੜੀ ਗੇੜਾ ਲਾਉਣ ਚਲੇ ਜਾਂਦੇ ਹਾਂ, ਅਤੇ ਰਾਤ ਨੂੰ ਲੇਟ ਨਾਈਟ ਆਉਂਦੇ ਹੈ, ਅਤੇ ਉਸ ਇਹ ਜਿਹੜਾ ਲਾਈਫ ਸਟਾਈਲ ਹੈਗਾ ਇਹ ਅਨਨੈਚੁਰਲ ਹੈਗਾ। ਅਤੇ ਜਦੋਂ ਕੋਈ ਨਸ਼ੇ ਵਾਲਾ ਡਿਟੈਕਟ ਹੋ ਜਾਵੇ ਅਤੇ ਜਦੋਂ ਟ੍ਰੀਟ ਹੋ ਰਿਹਾ ਹੋਵੇ ਉਸ ਵੇਲੇ ਲਾਈਫ ਸਟਾਈਲ ਨੂੰ ਮੋਡੀਫਾਈ ਕਰਨਾ ਬਹੁਤ ਸਹਾਇਕ ਹੁੰਦਾ ਹੈਗਾ। ਅਤੇ ਪਹਿਲਾਂ ਹੀ ਜਿਹੜਾ ਲਾਈਫ ਸਟਾਈਲ ਜਿਹੜਾ ਹੈਗਾ ਠੀਕ ਹੋਏ, ਟਾਈਮ 'ਤੇ ਬੰਦਾ ਸੋਏ, ਟਾਈਮ 'ਤੇ ਉੱਠੇ ਅਤੇ ਫਿਜ਼ੀਕਲ ਐਕਟੀਵਿਟੀ ਕਰੇ ਤਾਂ ਉਹਦੇ 'ਚ ਸੰਭਾਵਨਾ ਨਸ਼ਿਆਂ ਦਾ ਸ਼ਿਕਾਰ ਹੋਣ ਦੀ ਘੱਟ ਜਾਂਦੀ ਹੈ। ਅਤੇ ਡਾਕਟਰ ਸਾਹਿਬ, ਜਦੋਂ ਇਨਸਾਨ ਇੱਕ ਨਸ਼ਿਆਂ 'ਚ ਪੈ ਗਿਆ, ਚਾਹੇ ਉਹ ਕਿਸੇ ਵੀ ਉਮਰ ਦਾ ਆ, ਅਤੇ ਘਰਦਿਆਂ ਨੂੰ ਪਿੱਛੇ ਬਹੁਤ ਸਮੱਸਿਆਵਾਂ ਆਉਂਦੀਆਂ ਨੇ, ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਵੀ ਉਹਦੇ ਨਾਲ ਪੈਦਾ ਹੁੰਦੀਆਂ, ਯਾਨੀ ਕਿ ਡਰੱਗਸ ਨਾਲ ਬਹੁਤ ਕੁਛ ਜੁੜਿਆ ਹੋਇਆ ਸਾਡਾ, ਔਰ ਇਹਦੇ ਬਾਰੇ ਸਾਨੂੰ ਦੱਸੋ ਕਿ ਮੈਡੀਸਨ ਜੋ ਹੈ, ਦਵਾਈ ਹੈ, ਉਹ ਕਿੰਨੀ ਕਾਰਗਰ ਹੈ ਡਰੱਗਸ ਛਡਵਾਉਣ ਦੇ ਮਾਮਲੇ ਦੇ ਵਿੱਚ, ਡੀ ਐਡਿਕਸ਼ਨ ਦੇ ਵਿੱਚ?
ਦੇਖੋ, ਨਸ਼ਿਆਂ ਬਾਰੇ ਜਦੋਂ ਆਪਾਂ ਗੱਲ ਕਰ ਰਹੇ ਹਾਂ, ਪਹਿਲਾਂ ਆਪਾਂ ਦੇਖ ਲਈਏ ਆਮ ਤੌਰ 'ਤੇ ਕਿਹੜੇ ਕਿਹੜੇ ਨਸ਼ਿਆਂ ਦੀ ਦੁਰਵਰਤੋਂ ਹੁੰਦੀ ਹੈ। ਉਹ ਸਮੋਕਿੰਗ ਦੀ ਹੁੰਦੀ ਹੈ, ਜਿਹੜੀ ਸਿੰਪਲ ਸਮੋਕਿੰਗ ਹੈ। ਇੱਕ ਸਮੋਕਿੰਗ ਦੇ ਵਿੱਚ ਕੁਛ ਡਰੱਗਸ ਪਾ ਕੇ ਸਮੋਕ ਕਰਦੇ ਹਾਂ, ਜਿਨ੍ਹਾਂ ਨੂੰ ਕੈਨਾਬਿਸ ਜਾਂ ਮੈਰੀਜੁਆਨਾ ਕਹਿੰਦੇ ਹੈਗੇ, ਉਹ ਸਿਗਰਟ 'ਚ ਪਾ ਕੇ ਪੀਂਦੇ ਹੈ, ਕਈ ਓਪੀਆਇਡਸ ਉਹਦੇ 'ਚ ਪਾ ਕੇ ਪੀਂਦੇ ਹੈਗੇ, ਅਤੇ ਕਈ CNS ਸਟਿਮੂਲੈਂਟਸ ਵੀ ਉਹਦੇ 'ਚ ਪਾ ਕੇ ਪੀਂਦੇ ਹੈਗੇ। ਅਤੇ ਉਹਦੇ 'ਚ ਜਿਹੜਾ ਅੱਜ ਦੇ ਦੌਰ 'ਚ ਜਿਨ੍ਹਾਂ ਨੂੰ ਆਪਾਂ ਸ਼ਰਾਬ ਦਾ ਨਸ਼ਾ ਤਾਂ ਇੱਕ ਸੀਗਾ, ਜਿਹਨੂੰ ਗਿਲਾ ਨਸ਼ਾ ਕਹਿੰਦੇ ਸੀਗੇ, ਉਹ ਗਿਲੇ ਨਸ਼ੇ 'ਚ ਉਸ ਤੋਂ ਇਲਾਵਾ ਜਿਹੜਾ ਹੋ ਗਿਆ ਹੈਗਾ, ਉਹ ਸੁੱਕਾ ਨਸ਼ਾ ਬੜਾ ਖਤਰਨਾਕ ਆ ਗਿਆ ਹੈਗਾ। ਸੁੱਕੇ ਨਸ਼ੇ 'ਚ ਜਿਹੜਾ ਹੈਗਾ ਸਟਿਮੂਲੈਂਟਸ ਹੈ, ਕੋਕੇਨ ਹੈਗਾ, ਐਮਫੀਟਾਮੀਨ ਹੈਗੀਆਂ, ਡੈਕਸ ਐਮਫੀਟਾਮੀਨਸ ਹੈਗੀਆਂ, ਇਸ ਤੋਂ ਇਲਾਵਾ CNS ਡਿਪਰੈਸੈਂਟਸ ਦੇ ਵਿੱਚ ਲੋਕ ਬਾਰਬੀਚੂਰੇਟਸ ਲੈਂਦੇ ਹੈਗੇ, ਜਿਹੜੀ ਬੇਬੀ ਦੀ ਦਵਾਈਆਂ, ਜਾਂ ਜਿਹੜੇ ਹੈਗੇ ਡਾਇਜ਼ੇਪਾਮ ਬੈਂਜ਼ੋਡਾਇਜ਼ੇਪੀਨ ਇਹਦੇ ਨਾਲ ਰਿਲੇਟਡ ਡਰੱਗਸ ਲੈਂਦੇ ਹਾਂ। ਕਈ ਤਾਂ ਜਿਹੜਾ ਹੈਗਾ ਕਿ ਐਲਰਜੀ ਦੀ ਦਵਾਈਆਂ ਜਿਹੜੀ ਭੁੱਕੀ ਪੈਦਾ ਕਰਦੀਆਂ, ਕਫ ਐਂਡ ਕੋਲਡ ਰੈਮਡੀਜ਼, ਉਹਦਾ ਵੀ ਇਸਤੇਮਾਲ ਕਰਦੇ ਹਾਂ, ਜਿੱਦਾਂ ਫੈਂਸੀਡਨ ਹੈ ਜਾਂ ਹੋਰ ਖਾਂਸੀ ਦੀ ਦਵਾਈਆਂ ਹੈਗੀਆਂ। ਇਸ ਤੋਂ ਇਲਾਵਾ ਜਿਹੜਾ ਹੈਗਾ ਓਪੀਆਇਡਸ ਹੈਗੇ, ਉਹਦੇ 'ਚ ਅਫੀਮ ਹੋ ਗਿਆ, ਭੁੱਕੀ ਹੋ ਗਈ, ਜਾਂ ਇਹਦੀ ਓਪੀਆਇਡਸ ਦੀ ਡਿਫਰੈਂਟ ਫਾਰਮੂਲੇਸ਼ਨ ਹੁੰਦੀ ਹੈ, ਜਿਹੜੀ ਇਨਹੇਲ ਕਰਦੇ ਹੈਗੇ ਸਾਰਾ ਹੀ ਜਾਂਦੀ ਹੈ, ਉਹ ਜਿਹੜਾ ਹੈਗਾ ਐਲਮੀਨੀਅਮ ਫੋਇਲ 'ਤੇ ਰੱਖ ਕੇ ਥੱਲੇ ਲਾਈਟਰ 'ਚ ਲਾ ਕੇ ਇਨਹੇਲ ਕਰਦੇ ਹੈਗੇ, ਅਤੇ ਕਈ ਸਿਗਰਟ 'ਚ ਪਾ ਕੇ, ਅਤੇ ਕਈ ਇੱਥੋਂ ਤੱਕ ਜਿਹੜਾ ਖਤਰਨਾਕ ਸਭ ਤੋਂ ਟ੍ਰੈਂਡ ਹੈਗਾ, ਜਿਹੜਾ IV ਨਸ਼ੇ ਈਜ਼ੀਲੀ ਅਵੇਲੇਬਲ ਹੋ ਗਏ, ਅਤੇ ਇਸ ਕਿਸਮ ਦੇ ਲੋਕ ਵੀ ਹੈਗੇ ਜਿਹੜੇ ਲੋਕਾਂ ਨੂੰ ਨਾੜ 'ਚ ਟੀਕਾ ਲਾ ਦਿੰਦੇ, ਜੋ ਕਿ ਬਹੁਤ ਖਤਰਨਾਕ ਹੈ, ਜਿਹਦੇ 'ਚ ਮੋਰਫੀਨ ਹੈਗੀ, ਹੈਰੋਇਨ ਤੱਕ ਜਿਹੜੀ ਹੈਗੀ, ਇਹਦੇ ਲੋਕਲ ਨਾਮ ਲੋਕਾਂ ਨੇ ਰੱਖੇ ਹੋਏ ਹੈਗੇ, ਬਰਾਊਨ ਸ਼ੂਗਰ ਹੈਗੀ, ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਜਿਹੜਾ ਕੰਬੀਨੇਸ਼ਨ ਕੋਕਟੇਲ ਹੈ, ਬਹੁਤ ਡੇਂਜਰਸ ਹੈਗਾ। ਇੱਕ ਵਾਰ ਜਿਹੜਾ ਇਹਨਾਂ 'ਚ ਹੁੱਕਅਪ ਹੋ ਜਾਏ, ਅਤੇ ਇਹਦਾ ਵਾਪਸ ਨਿਕਲਣਾ ਹੁੰਦਾ ਤਾਂ ਪੀਅਰ ਪ੍ਰੈਸ਼ਰ ਕਰਕੇ ਬੜਾ ਮੁਸ਼ਕਿਲ ਹੋ ਜਾਂਦਾ ਹੈਗਾ। ਸੋ ਇਹ ਪ੍ਰਮੁੱਖ ਨਸ਼ੇ ਹੈਗੇ। ਪ੍ਰੋਫੈਸਰ ਸਾਹਿਬ, ਸਭ ਤੋਂ ਛੋਟਾ ਨਸ਼ਾ ਜਿਹੜਾ ਅਸੀਂ ਮੰਨਦੇ ਹਾਂ, ਜਰਦਾ, ਚੈਣੀ ਖੈਣੀ, ਜਿਹੜੀ ਆਮ ਅਵੇਲੇਬਲ ਆ ਹਰੇਕ ਥਾਂ 'ਤੇ, ਜੇ ਕਿਸੇ ਸਟੇਟ ਦੇ ਵਿੱਚੋਂ ਬੈਨ ਵੀ ਹੈ ਤਾਂ ਆਮ ਅਵੇਲੇਬਲ, ਔਰ ਵੱਡਾ ਵੱਡਾ ਉਹਨਾਂ ਪੈਕਟਾਂ ਦੇ ਉੱਤੇ ਲਿਖਿਆ ਹੁੰਦਾ ਨਸ਼ਾ ਕਰਨਾ ਜਾਂ ਟਬੈਕੋ ਦਾ ਜੋ ਕੰਜਮਪਸ਼ਨ ਹੈ ਉਹ ਬੜੀ ਗਲਤ ਹੈ। ਇਹ ਜਿਹੜਾ ਹੈਗਾ, ਇਹ ਤਾਂ ਬਹੁਤ ਬਹੁਤ ਮਾਮੂਲੀ ਨਸ਼ਾ ਹੈ, ਉਹ ਮਾਮੂਲੀ ਨਹੀਂ, ਬਹੁਤ ਜ਼ਿਆਦਾ ਐਡਿਕਟਿੰਗ ਹੈ, ਇਹਦੀ ਹੈਲਥ ਇਹੋ ਜਾਂਦੀ ਹੈ। ਜਦੋਂ ਬੰਦੇ ਨੇ ਸੌਣਾ ਹੁੰਦਾ ਹੈਗਾ, ਸੌਣ ਵੇਲੇ ਤੱਕ ਉਹਦੇ ਮੂੰਹ 'ਚ ਪਿਆ ਹੋਏ, ਉਹਨਾਂ 'ਚ ਕਈ ਲੋਕਾਂ ਨੂੰ ਇਹਦੇ ਆਦੀ ਲੋਕਾਂ ਨੂੰ ਨੀਂਦ ਨਹੀਂ ਆਉਂਦੀ, ਅਤੇ ਸਵੇਰੇ ਜਦੋਂ ਉੱਠਣਾ ਹੋਏ ਜਿੰਨਾ ਚਿਰ ਉਹਨਾਂ ਦੇ ਮੂੰਹ 'ਚ ਨਾ ਪਏ, ਉਹਨਾਂ ਨੂੰ ਤਸੱਲੀ ਨਹੀਂ, ਬੇਚੈਨੀ ਹੋ ਜਾਂਦੀ ਹੈਗੀ। ਇਹ ਕੋਈ ਛੋਟਾ ਨਸ਼ਾ ਨਹੀਂ ਹੈਗਾ, ਜਿਹਨੂੰ ਇੱਕ ਵਾਰ ਲੱਗ ਜਾਏ ਅਤੇ ਚਿੱਚੜ ਦੀ ਤਰ੍ਹਾਂ ਚਿੰਬੜ ਜਾਂਦਾ। ਇਹਨਾਂ ਚੀਜ਼ਾਂ ਨੂੰ ਛੱਡਣ ਲਈ ਜਿਹੜੀ ਮੈਡੀਸਨ ਹੈ ਐਲੋਪੈਥੀ ਹੈ, ਉਹ ਕਿੰਨੀ ਕਾਰਗਰ ਹੈ? ਇਹਦੇ 'ਚ ਜਿਹੜੀ ਇੱਕ ਸਿੰਗਲ ਪੈਥੀ ਦੀ ਥਾਂ 'ਤੇ ਸਾਨੂੰ ਜਿਹੜੀ ਹੈਗੀ ਬੈਲੈਂਸਡ ਅਪਰੋਚ ਦੇ ਨਾਲ ਇੰਟੈਗਰੇਟਿਡ ਪੈਥੀਸ ਦੀ ਮਦਦ ਲੈਣੀ ਪਏਗੀ, ਜਿਹਦੇ 'ਚ ਜੋ ਵਰਕ ਕਰੇ ਉਹ ਇਸਤੇਮਾਲ। ਇੰਟੈਗਰੇਟਿਡ ਦਾ ਮਤਲਬ ਹੈ ਕਿ ਜਿੱਥੇ ਤਾਂ ਡੀਟੋਕਸੀਫਾਈ ਕਰਨਾ, ਡੀਟੋਕਸੀਫਾਈ ਕਰਨ ਦੇ ਕੁਛ ਸਿਮਟਮਸ ਹੋਣਗੇ, ਉਹਨਾਂ ਸਿਮਟਮਸ ਨੂੰ ਕੰਟਰੋਲ ਕਰਨ ਦੇ ਲਈ ਐਲੋਪੈਥੀ ਦੀ ਲੋੜ ਪਏਗੀ, ਅਤੇ ਉਹ ਵੀ ਕੇਵਲ ਟ੍ਰੇਨਡ ਮਾਹਰ ਬੰਦੇ, ਜਿਹੜੇ ਦੀਨ ਦਿਆਲ ਉਪਾਧਿਆਇ ਇੰਸਟੀਟਿਊਸ਼ਨ ਹੈਗਾ ਜਾਂ PGI 'ਚ ਇੰਸਟੀਟਿਊਸ਼ਨ ਹੈ, ਜਾਂ ਜਿਨ੍ਹਾਂ ਨੇ ਇਸ ਗੱਲ ਦੀ ਸਪੈਸ਼ਲਿਸਟਾਂ ਨੇ ਟ੍ਰੇਨਿੰਗ ਲਿੱਤੀ ਹੋਈ, ਉਹਨਾਂ ਦੇ ਨਿਗਾਹ ਹੇਠਾਂ ਦਵਾਈਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਕਿ ਉਹਨਾਂ ਨੂੰ ਤੋੜਾ ਨਾ ਲੱਗੇ, ਉਹਨਾਂ ਨੂੰ ਲੂਜ਼ ਮੋਸ਼ਨ ਨਾ ਹੋ ਜਾਣ, ਉਹਨਾਂ ਨੂੰ ਨੀਂਦ ਦੀ ਪ੍ਰੋਬਲਮ ਨਾ ਹੋਵੇ, ਇਰੀਟੇਬਲ ਬਿਹੇਵੀਅਰ ਨਾ ਹੋਵੇ। ਸੋ ਇਹ ਦਵਾਈਆਂ ਜਿਹੜੀਆਂ ਹੈਗੀਆਂ ਇੱਥੇ ਐਲੋਪੈਥੀ ਦਿੱਤੀਆਂ ਜਾਣਗੀਆਂ, ਲੇਕਿਨ ਜਿਹੜੀ ਬਾਕੀ ਦਵਾਈਆਂ ਹੈਗੀਆਂ ਜਿੱਦਾਂ ਬਰੀਦਿੰਗ ਦੀ ਹੈਗੀ, ਯੋਗਾ ਦੀ ਹੈਗੀ,
ਨੇਚਰੋਪੈਥੀ ਹੈਗੀ ਇਹ ਉਹਦੇ ਮਾਹਰ ਕਰਨਗੇ। ਸੋ ਇੰਟੈਗਰੇਟਿਡ ਅਪਰੋਚ ਚਾਹੀਦੀ ਹੈ, ਸਾਂਝੀ ਅਪਰੋਚ ਚਾਹੀਦੀ ਹੈ, ਤਾਂ ਮਸਲਾ ਯਾਨੀ ਕਿ ਜਿੰਨੇ ਆਹ ਡੀ ਐਡਿਕਸ਼ਨ ਸੈਂਟਰ ਖੁੱਲ੍ਹੇ ਹੋਏ ਨੇ ਜੀ ਥਾਂ ਥਾਂ 'ਤੇ, ਪੰਜਾਬ ਸਰਕਾਰ ਨੇ, ਭਾਰਤ ਸਰਕਾਰ ਨੇ ਵੀ ਬਹੁਤ ਇਹਨਾਂ ਨੂੰ ਵਧਾਵਾ ਦਿੱਤਾ ਆ, ਅਤੇ ਤੁਹਾਨੂੰ ਲੱਗਦਾ ਕਿ ਉੱਥੇ ਕੋਈ, ਮੈਨੂੰ ਜਦੋਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਕੁਆਲੀਫਾਈਡ ਡਾਕਟਰਸ ਨਹੀਂ ਹੈਗੇ, ਕਿਤੇ ਕਿਤੇ ਇਹ ਵੀ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਜੀ ਉਹ ਫਲਾਣੀ ਥਾਂ 'ਤੇ ਕੋਈ ਨਸ਼ੇੜੀ ਸੀ, ਉਹਨੂੰ ਕੁੱਟ ਕੁੱਟ ਕੇ ਸਧਾਰਨ ਦੀ ਕਵਾਇਦ ਸ਼ੁਰੂ ਹੋ ਗਈ ਆ, ਇਹ ਚੀਜ਼ਾਂ ਦੀ ਔਰ ਮੈਡੀਸਨ ਦੀ, ਇਹਨੂੰ ਕਿੱਦਾਂ ਅਸੀਂ ਬੈਲੈਂਸ ਕਰੀਏ? ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਦਵਾਈ ਛਕਾਉਣ ਦੇ ਲਈ ਬੰਦੇ ਦਾ ਮਨ ਤਿਆਰ ਕਰਨਾ ਜਿਹੜਾ ਹੈਗਾ ਉਹ ਇੱਕ ਪਾਰਟ ਹੈ, ਅਤੇ ਉਹਦਾ ਮਨ ਜਿਹੜਾ ਤਿਆਰ ਕਰੇਗਾ ਉਹ ਇੱਕ ਸਾਈਕੋਲੋਜਿਸਟ ਕਾਉਂਸਲਿੰਗ ਕਰਕੇ ਕਰੇਗਾ। ਜੇ ਤੁਸੀਂ ਬੰਦੇ ਦੀ ਮਰਜ਼ੀ ਦੇ ਖਿਲਾਫ ਉਹਨੂੰ ਘੇਰ ਕੇ ਡੱਕ ਵੀ ਦਿੱਤਾ, 3 ਮਹੀਨੇ ਰਹਿ ਕੇ ਉਹਦਾ ਇਲਾਜ ਵੀ ਕਰਾਇਆ, ਜਦੋਂ ਉਹ ਬਾਹਰ ਨਿਕਲੇਗਾ ਸਭ ਤੋਂ ਪਹਿਲਾਂ ਨਸ਼ਾ ਕਰੇਗਾ। ਸੋ ਪਹਿਲਾਂ ਉਹਨੂੰ ਪ੍ਰਿਪੇਅਰ ਕਰਨਾ ਕਿ ਇਹ ਚੀਜ਼ ਮੇਰੇ ਮਾਫਕ ਨਹੀਂ ਹੈ, ਮੇਰੇ ਲਈ ਠੀਕ ਨਹੀਂ ਹੈ, ਹਾਨੀਕਾਰਕ ਹੈ। ਇਹ ਤਿਆਰੀ ਉਹ ਆਪਣੇ ਪੇਰੈਂਟਸ ਦੀ ਗੱਲ ਨਹੀਂ ਸੁਣੇਗਾ ਜਾਂ ਆਪਣੇ ਫੈਮਿਲੀ ਮੈਂਬਰਸ ਦੀ ਨਹੀਂ ਸੁਣੇਗਾ, ਉਹਨੂੰ ਪ੍ਰੋਪਰ ਕੌਂਸਲਰ ਹੀ ਜਿਹੜੇ ਇਸ ਗੱਲ 'ਚ ਮੁਹਾਰਤ ਰੱਖਦੇ ਹੈ ਉਹ ਉਹਨੂੰ ਜਿਹੜਾ ਹੈਗਾ ਪ੍ਰਿਪੇਅਰ ਕਰਨਗੇ। ਸੋ ਇਹਦੇ ਲਈ ਕੌਂਸਲਰ ਦੀ ਲੋੜ ਹੈਗੀ, ਮਾਰਕੁੱਟ ਦੀ ਕੋਈ ਜ਼ਰੂਰਤ ਨਹੀਂ, ਨਾ ਮਾਰ ਕੁੱਟ ਕੇ ਤਾਂ ਇਹ ਚੀਜ਼ ਰਿਬਾਊਂਡ ਹੋ ਕੇ ਵਧੇਗੀ ਜੀ। ਅਤੇ ਡਾਕਟਰ ਸਾਹਿਬ, ਜਦੋਂ ਅਸੀਂ ਐਲੋਪੈਥੀ ਦੀ ਗੱਲ ਕੀਤੀ ਤਾਂ ਇਹ ਕੀਤਾ ਕਿ ਕੀ ਤੁਸੀਂ ਕਦੇ ਕੋਈ ਐਲੋਪੈਥਿਕ ਦਵਾਈ ਤੋਂ ਇਲਾਵਾ ਕੋਈ ਦਵਾਈ ਲਈ ਹੈ? ਅਸੀਂ ਨਸ਼ਿਆਂ ਦੀ ਗੱਲ ਕਰਦੇ ਹਾਂ, ਕਿਸੇ ਵੇਲੇ ਤੁਸੀਂ ਕਿਤੇ ਸਮੋਕਿੰਗ ਦੇ ਵਿੱਚ ਇਨਵੋਲਵ ਰਹੇ ਹੋ ਜਾਂ ਛੋਟੇ ਮੋਟੇ ਨਸ਼ੇ ਦੇ ਵਿੱਚ ਇਨਵੋਲਵ ਰਹੇ ਹੋ, ਯਾਨੀ ਕਿ ਜਿਹੜੀ ਚੀਜ਼ ਤੁਸੀਂ ਪਿੰਡੇ 'ਤੇ ਹੰਢਾਈ ਹੈ ਔਰ ਛੱਡੀ ਹੈ, ਉਹਦੇ ਬਾਰੇ ਸਾਡੇ ਨਾਲ ਕੋਈ ਗੱਲ ਜ਼ਰੂਰ ਸਾਂਝੀ ਕਰੋ, ਤਾਂ ਜੋ ਦਰਸ਼ਕਾਂ ਨੂੰ ਪਰਫੈਕਟ ਐਗਜ਼ੈਂਪਲ ਇੱਕ ਅਸੀਂ ਸੈਟਅਪ ਕਰ ਸਕੀਏ ਕਿ ਇਹ ਚੀਜ਼ ਇਸ ਤਰੀਕੇ ਨਾਲ ਹੀ ਸੁਧਾਰੀ ਜਾ ਸਕਦੀ ਹੈ। ਦੇਖੋ, ਸਮੋਕਿੰਗ ਤਾਂ ਮੈਂ ਕਰਦਾ ਸੀਗਾ ਜੀ, ਅਤੇ ਮੈਂ ਕਾਫੀ ਲੇਟ ਸਟੇਜ 'ਤੇ ਸ਼ਾਇਦ ਫਾਈਨਲ ਪ੍ਰੋਫ 'ਚ ਕਰਨੀ ਕੀਤੀ ਸ਼ੁਰੂ ਕੀਤੀ, ਪਰ ਬਹੁਤ ਜ਼ਿਆਦਾ ਸਮੋਕ ਕਰਦਾ ਸੀਗਾ। ਬਟ ਇਹਦੇ 'ਚ ਗੱਲ ਹੈਗੀ ਕਿ ਅਕਲ ਜਿਹੜੀ ਹੈਗੀ ਨਾ, ਬਦਾਮ ਖਾ ਕੇ ਇਕੱਲੇ ਨਹੀਂ ਆਉਂਦੀ, ਛਿੱਤਰ ਖਾ ਕੇ ਵੀ ਆਉਂਦੀ ਹੈ। ਅਤੇ ਮੈਨੂੰ ਛਿੱਤਰ ਖਾ ਕੇ ਅਕਲ ਆਈ। ਕਿੱਦਾਂ ਦੀ ਅਕਲ ਆਈ ਜੀ ਔਰ ਕਿਸ ਤਰ੍ਹਾਂ ਆਈ? ਉਹ ਛਿੱਤਰ ਮੈਨੂੰ ਇਹ ਪਿਆ ਕਿ ਮੈਂ ਜਦੋਂ ਤਿੰਡੀ 'ਚ ਰਹਿੰਦਾ ਸੀਗਾ ਰਜਿੰਦਰਾ ਹਸਪਤਾਲ ਦੇ ਬਾਹਰ, ਅਤੇ ਮੈਨੂੰ ਦਮ ਫੁੱਲਣ ਲੱਗਿਆ, ਹੱਥ ਮੇਰੇ ਜਿਹੜੇ ਸੀ ਘਬਰਾਹਟ ਮੈਨੂੰ ਹੋ ਗਈ, ਧੜਕਣ ਮੇਰੀ ਤੇਜ਼ ਹੋਈ, ਅਤੇ ਉਹ ਮੈਂ ਫਟਾਫਟ ਸਕੂਟਰ ਦੇ ਕੇ ਕਮਾਰ ਕੇ ਗਾਂਧੀ ਕੋਲ ਗਿਆ, ਅਤੇ ਉਹਨੇ ਮੇਰੀ ECG ਵਗੈਰਾ ਕੀਤੀ ਅਤੇ ਪਿਆਰ ਨਾਲ ਮੈਨੂੰ ਬਿਠਾ ਤਾ, ਅਤੇ ਮੈਂ ਕਿਹਾ ਮੈਂ ਜਾਵਾਂ ਡਾਕਟਰ ਸਾਹਿਬ, ਅਤੇ ਦਵਾਈ ਕਹਿੰਦਾ ਕੋਈ ਨਾ, ਐਂਬੂਲੈਂਸ ਬੁਲਾ ਕੇ ਮੈਨੂੰ ICU 'ਚ ਭੇਜਤਾ, ਜਿਹਦਾ ਨਤੀਜਾ ਇਹ ਹੋਇਆ ਕਿ ਉੱਥੇ ਮੈਂ ICU 'ਚ ਗਿਆ, ਅਤੇ ਮੈਂ ਕਿਹਾ ਕਿ ਮੈਨੂੰ ਕਿੱਥੇ ਆ ਗਿਆ, ਬਟ ਉਹ ਟਾਈਮਲੀ ਇੰਟਰਵੈਂਸ਼ਨ ਕਰਕੇ ਮੈਨੂੰ ਖਾਲੀ ਹੈਪੇਰਨ ਦੇ ਕੇ ਮੇਰਾ ਬਚਾਅ ਹੋ ਗਿਆ, ਅਤੇ ਇਹ ਜਦੋਂ ਮੈਨੂੰ ਛਿੱਤਰ ਪਿਆ। ਕਿੰਨਾ ਕੁ ਸਮੋਕ ਕਰਦੇ ਸੀ ਤੁਸੀਂ? ਮੈਂ ਕਾਫੀ ਸਮੋਕ ਕਰਦਾ ਸੀਗਾ, ਮੈਂ ਇੱਕ ਤਾਂ ਮੇਰਾ ਸਰੀਰ ਦੀ ਬਿਲਟ ਇੰਨੀ ਨਹੀਂ ਹੈ ਕਿ ਮੈਂ ਚੱਲ ਸਕਾਂ, ਜੇ ਮੈਂ 1 ਪੈਕਟ 2 ਪੈਕਟ ਤੱਕ ਸਮੋਕ ਕਰਦਾ ਰਿਹਾ ਜੀ। ਖਾਸ ਤੌਰ 'ਤੇ ਇਮਤਿਹਾਨ ਦੇ ਦਿਨਾਂ 'ਚ ਅਤੇ ਤਿਆਰੀ ਕਰਨ ਦੇ ਲਈ ਉਹਨਾਂ ਦਿਨਾਂ 'ਚ ਮੈਂ ਸਮੋਕ ਕਰਦਾ। ਅਤੇ ਜਦੋਂ ਤੁਸੀਂ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਉਹਨਾਂ ਕੋਲ ਤੁਸੀਂ ਦਿਖਾਇਆ ਜਾਂ ਜੋ ਵੀ ਗੱਲਬਾਤ ਹੋਈ, ਤਾਂ ਉਸ ਤੋਂ ਬਾਅਦ ਫਿਰ ਤੁਸੀਂ ਐਡਮਿਟ ਹੋਏ ਹੋਸਪਿਟਲ 'ਚ ਜਾਂ ਕਿਸ ਤਰ੍ਹਾਂ ਦਾ ਇਲਾਜ ਚੱਲਿਆ? ਉੱਥੇ ਐਮਰਜੈਂਸੀ 'ਚ ਟਾਈਮਲੀ ਡਾਇਗਨੋਸਿਸ ਹੋ ਗਿਆ, ਕਿਸਮਤ ਚੰਗੀ ਸੀ, ਮੈਂ ਕੈਂਪਸ 'ਚ ਰਹਿੰਦਾ ਸੀ ਅਤੇ ਡਾਕਟਰ ਸਾਹਿਬ ਵੀ ਸੀ, ਅਤੇ ਉਹਨਾਂ ਨੇ ਮੈਨੂੰ ਨਾਲ ਦੀ ਨਾਲ ਉੱਥੇ ICU 'ਚ ਲੈ ਕੇ, ਗੋਲਡਨ ਆਵਰ ਹੁੰਦਾ ਹੈਗਾ, ਅਤੇ ਉਹਦੇ 'ਚ ਅਟੈਕ ਹੋਣ ਤੋਂ ਪਹਿਲਾਂ ਹੀ ਮੈਂ ਪਛਾਣਿਆ ਗਿਆ, ਅਤੇ
ਹੈਪੇਰਿਨ ਦਾ ਇੰਜੈਕਸ਼ਨ ਲਾਇਆ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਕੰਨਾਂ ਨੂੰ ਹੱਥ ਲਾ ਲਿਆ ਸਮੋਕਿੰਗ ਤਾਂ ਫਿਰ ਮੇਰੀ ਇਹ ਹਿੰਮਤ ਨਹੀਂ ਸੀਗੀ ਜਦੋਂ ਮੈਂ ਠੀਕ ਉੱਠਿਆ ਅਤੇ ਕਿ ਮੈਂ ਸੜਕ ਪਾਰ ਕਰਕੇ ਕ੍ਰੋਸ ਵੀ ਕਰ ਜਾ ਅਤੇ ਹੌਲੀ ਹੌਲੀ ਮੇਰੇ 'ਚ ਫਿਰ ਸਟਰੈਂਥ ਆਈ ਅਤੇ ਫਿਰ ਮੈਂ ਹੁਣ 2021 ਤੋਂ ਬਾਅਦ ਤਕਰੀਬਨ 16 ਸਾਲ ਹੋ ਗਏ ਅਤੇ ਮੈਂ ਉਸ ਤੋਂ ਬਾਅਦ ਸਮੋਕ ਤਾਂ ਨਹੀਂ ਅਤੇ ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵੱਡੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ, ਤੁਸੀਂ ਡਾਕਟਰੇਟ ਇਨ ਮੈਡੀਸਨ ਹੋ, ਇਸ ਦੇ ਨਾਲ ਨਾਲ ਹੀ ਤੁਸੀਂ ਡਿਪਲੋਮੈਟ ਆਫ ਨੈਸ਼ਨਲ ਬੋਰਡ ਵੱਲੋਂ ਵੀ ਸਰਟੀਫਾਈਡ ਹੋ। ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸੋ ਕਿ ਤੁਹਾਡੇ ਪਰਿਵਾਰ ਦਾ ਜੋ ਪਿਛੋਕੜ ਹੈ, ਕਿਸ ਤਰ੍ਹਾਂ ਦੀ ਫੈਮਿਲੀ ਤੋਂ ਤੁਸੀਂ ਬਿਲੋਂਗ ਕਰਦੇ ਹੋ? ਦੇਖੋ, ਫੈਮਿਲੀ ਦੇ ਤੌਰ 'ਤੇ ਕਈ ਵਾਰ ਮੈਨੂੰ ਆਪਣੇ ਬੱਚਿਆਂ ਨੂੰ ਦੱਸਣਾ ਔਖਾ ਹੋ ਜਾਂਦਾ ਹੈ। ਬੱਚੇ ਪੁੱਛਦੇ ਸਾਡਾ ਰਿਲੀਜਨ ਕੀ ਹੈ, ਅਤੇ ਮੈਂ ਹੁਣ ਇਹਨੂੰ ਕੀ ਕਹਾਂ ਕਿ ਮੇਰੇ ਪਿਓ ਦੀ ਧਰਮ ਦਾ ਜਿਹੜਾ ਹੈਗਾ ਆਪਣੇ ਸਨਾਤਨ ਜਿਹੜਾ ਹੈਗਾ ਹਿੰਦੂ ਹੈਗਾ, ਅਤੇ ਉਹਦੀ ਭੈਣ ਜਿਹੜੀ ਹੈ ਉਹ ਗੁਰੂ ਪਰਿਵਾਰ 'ਚ ਹੈਗੇ, ਉਹ ਗੁਰੂ ਅਮਰਵੰਸ਼ੀ ਪਰਿਵਾਰ 'ਚ ਹੈਗੇ, ਅਤੇ ਹਾਈਐਸਟ ਸਿੱਖ ਇੰਟਲੈਕਚੁਅਲ 'ਚ ਕਰਤਾਰ ਸਿੰਘ ਮੇਰਾ ਭੂਆ ਦਾ ਬੇਟਾ ਹੈਗਾ, ਅਤੇ ਮੇਰਾ ਹੀ ਜਿਹੜਾ ਚਾਚੇ ਦਾ ਮੇਰਾ ਜਿਹੜਾ ਕਜ਼ਨ ਹੈ ਜੋਗਿੰਦਰ ਸਿੰਘ ਖੋਸਲਾ, ਉਹ ਦਿੱਲੀ 'ਚ ਪ੍ਰੇਮ ਨਗਰ ਏਰੀਏ 'ਚ ਪਾਠੀ ਸੀਗਾ। ਅਤੇ ਮੈਨੂੰ ਵੀ ਬੱਚਿਆਂ ਨੂੰ ਦੱਸਣਾ ਬੜਾ ਔਖਾ ਹੋ ਜਾਂਦਾ ਬੇਟਾ, ਅਤੇ ਉਹ ਬੱਚੇ ਵੀ ਜਿਹੜਾ ਰਿਲੀਜਨ ਵਾਲੇ ਖਾਨੇ 'ਚ ਸਿੱਖ ਡੈਸ਼ ਹਿੰਦੂ ਲਿਖਦੇ ਆ। ਗ੍ਰੇਟ, ਬਹੁਤ ਹੀ ਅਸੀਮ ਗੱਲਾਂ ਡਾਕਟਰ ਸਾਹਿਬ ਤੁਸੀਂ ਸਾਂਝੀਆਂ ਕੀਤੀਆਂ ਨੇ ਸਾਡੇ ਦਰਸ਼ਕਾਂ ਨਾਲ, ਔਰ ਅਸੀਂ ਤੁਹਾਡਾ ਸਟੂਡੀਓ ਦੇ ਵਿੱਚ ਆਉਣ ਲਈ ਇੱਕ ਵਾਰ ਧੰਨਵਾਦ ਕਰਦੇ ਹਾਂ, ਔਰ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਜਦੋਂ ਵੀ ਕਿਤੇ ਤੁਸੀਂ ਪਟਿਆਲੇ ਆਓ ਜਾਂ ਆਸੇ ਪਾਸਿਓਂ ਸਾਡੇ ਸਟੂਡੀਓ ਦੇ ਲੰਘੋ ਤਾਂ ਜ਼ਰੂਰ ਇੱਥੇ ਗੇੜਾ ਪਾਉਂਦੇ ਰਹੋ, ਤਾਂ ਜੋ ਅਸੀਂ ਦਰਸ਼ਕਾਂ ਨੂੰ ਜੋ ਮੈਸੇਜ ਤੁਹਾਡੇ ਕਨਵੇ ਕਰ ਸਕੀਏ ਔਰ ਲੋਕ ਇਹਨਾਂ ਤੋਂ ਲਾਭ ਉਠਾ ਸਕਣ। ਧੰਨਵਾਦ ਜੀ। ਥੈਂਕ ਯੂ।